ਜਿਹੜੀ ਅਕਾਲੀ ਦਲ ਦੀ ਸਟੇਜ ਸੀ ਉਹਦੀ ਜਿਹੜੀ ਚਰਚਾ ਹੈਗੀ ਹੈ ਇੱਕਦਮ, ਕਿਉਂਕਿ ਉੱਥੇ ਭਾਈ ਗੁਰਦੀਪ ਸਿੰਘ ਖੇੜਾ ਉਹਦਾ, ਚਲੋ ਤੁਹਾਡੇ ਗੁਆਂਢੀ ਵੀ ਹੈਗੇ ਨੇ, ਤੁਹਾਡੇ ਨਗਰ ਦੇ ਵੀ ਨੇ, ਕਹਿੰਦੇ ਸੀ ਅੰਮ੍ਰਿਤਪਾਲ ਸਿੰਘ ਤੇ ਕਹਿੰਦਾ ਸੀ ਵੀ ਸਿਰ ਦੇਣਾ ਪਊਗਾ ਖਾਲਿਸਤਾਨ ਬਿਨਾਂ, ਮਸਲਾ ਹੱਲ ਹੀ ਨਹੀਂ ਹੋਣਾ, ਹੁਣ ਚਾਰ ਲੱਤਾਂ ਵਾਲੀ ਕੁਰਸੀ ਦੇ ਥੱਲੇ ਸਿਰ ਦਿੱਤਾ ਹੈਗਾ ਗੁਰਦੀਪ ਸਿੰਘ ਹੁਣਾਂ ਨੇ। ਚਲੋ ਬਹੁਤ ਲੰਮਾ ਟਾਈਮ ਜੇਲ੍ਹ ਕੱਟੀ ਹੋਰ ਬੰਦੀ ਸਿੰਘ ਸਾਡੇ ਲਈ, ਤੇ ਅਸੀਂ ਤੇ ਸਤਿਕਾਰਤੀ ਕਵਾਂਗੇ ਉਹਨਾਂ, ਪਰ ਮੈਨੂੰ ਲੱਗਦਾ ਕਿ ਕਿਸੇ ਵੇਲੇ ਕਈ ਚੀਜ਼ਾਂ ਦੇ, ਕਈ ਬੰਦੇ ਨੂੰ ਲਾਲਚ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ ਉਹ ਗਲਤ ਪਾਸੇ ਨੂੰ ਵੀ ਤੋਰ ਦਿੰਦੀਆਂ। ਬੰਦੀ ਸਿੰਘਾਂ ਨੂੰ ਲੈ ਕੇ ਅੱਜ ਗੁਰਦੀਪ ਸਿੰਘ ਹੁਣਾਂ ਨੇ ਕਿਹਾ ਵੀ ਬੰਦੀ ਸਿੰਘਾਂ ਦੇ ਨਾਂ 'ਤੇ ਬਹੁਤ ਸਾਰੇ ਬੰਦੇ ਘਰ ਭਰ ਰਹੇ ਆ, ਕਹਿੰਦੇ ਵੀ ਖਾਲਿਸਤਾਨ ਦੀ ਗੱਲ ਕਰਕੇ ਵਿਦੇਸ਼ ਚੱਲ ਗਏ ਨੇ। ਆ ਜਿਹੜੀਆਂ ਇਹ ਸਾਡੇ ਪਿੰਡ ਆ ਹੁਣ ਇਲੈਕਸ਼ਨ ਹੋਈ ਆ ਉਹਦੇ 'ਚ ਮੇਰੇ ਖਿਆਲ 13 ਵੋਟਾਂ ਅਕਾਲੀ ਦਲ ਨੂੰ ਪਈ ਜੱਲੂਪੁਰ 'ਚੋਂ, ਜੱਲੂਪੁਰ ਸਿਰਫ 13 ਵੋਟਾਂ। ਭਾਈ ਖੱਡਾ ਹੁਣਾਂ ਕਿਹਾ ਵੀ ਕੁਛ ਲੋਕ ਪੰਥਕ ਮੁਖੌਟਾ ਪਾ ਕੇ ਪੰਥ ਦਾ ਨੁਕਸਾਨ ਕਰ ਰਹੇ ਨੇ, ਬਲਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਇਹਨੇ ਹਮੇਸ਼ਾ ਪੰਥ ਦਾ ਬਹੁਤ ਫਾਇਦਾ ਕੀਤਾ। ਪਹਿਲੀ ਗੱਲ ਤਾਂ 97 'ਚ ਹੀ ਇਹਨਾਂ ਨੇ ਪੰਥ ਨੂੰ ਛੱਡ ਕੇ ਅਤੇ ਪੰਜਾਬੀ ਪਾਰਟੀ ਬਣਾ ਲਈ ਸੀ ਸੱਤਾ ਵਾਸਤੇ, ਸੌਦਾ ਸਾਧ ਨੂੰ ਬਚਾਉਣ 'ਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਹਾ, ਸਰਕਾਰ ਇਹਨਾਂ ਦੀ ਸੀ। ਚਲੋ ਜੇ ਇਹਨਾਂ ਨਹੀਂ ਵੀ ਸੀ ਕਰਾਈਆਂ ਤਾਂ ਉਹਦੇ 'ਤੇ ਕੁਛ ਨਾ ਕੁਛ ਕਾਰਵਾਈ ਤਾਂ ਕੀਤੀ ਜਾ ਸਕਦੀ ਸੀ, ਜਿਹਨਾਂ ਕੀਤੀ ਸੀ ਉਹਨਾਂ ਫੜਿਆ ਜਾ ਸਕਦਾ ਸੀ, ਪਰ ਇਹਨਾਂ ਨੇ ਜਿਹੜੇ ਕਰਨ ਵਾਲੇ ਸੀ ਫਿਰ ਉਹਨਾਂ ਨੂੰ ਮਾਫੀਆਂ ਦਵਾਈਆਂ, ਫਿਰ ਮਾਫੀਆਂ ਨੂੰ ਜਸਟੀਫਾਈ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਦਾ 90 ਲੱਖ ਰੁਪਈਆ ਵੀ ਲਾਇਆ। ਹੁਣ ਤੇ ਸੌਦਾ ਸਾਧ ਦੇ ਬੰਦਿਆਂ ਨੇ ਖੁਦ ਆ ਕੇ ਬਾਹਰ ਕਹਿਤਾ ਵੀ ਆਹ ਕੀ ਆਹ ਕੁਛ ਵਾਪਰਦਾ ਰਿਹਾ। ਕੀ ਤੁਸੀਂ ਇਸ ਅਕਾਲੀ ਦਲ ਤੇ ਕਬਜ਼ਾ ਕਰਨਾ ਚਾਹੁੰਦੇ ਹੋ ਜਾਂ ਨਵਾਂ ਅਕਾਲੀ ਦਲ ਬਣਾਉਣਾ ਚਾਹੁੰਦੇ? ਇਦਾਂ ਦੇ ਸਵਾਲ ਖੜੇ ਹੋ ਰਹੇ ਆ। ਇੱਕ ਪਰਮੇਸ਼ਰ ਨੂੰ ਮੰਨਣ ਵਾਲਿਆਂ ਦਾ ਜਿਹੜਾ ਦਲ ਆ ਉਹਨੂੰ ਅਕਾਲੀ ਦਲ ਕਹਿੰਦੇ, ਤੇ ਇੱਥੇ ਤੇ ਕਈਆਂ ਸੌਦੇ ਸਾਧ ਵਰਗਿਆਂ ਦੇ ਡੇਰਿਆਂ ਤੇ ਜਾਣ ਵਾਲੇ ਵੀ ਆਪਣੇ ਆਪ ਨੂੰ ਅਕਾਲੀ ਅਖਵਾਈ ਜਾਂਦੇ। ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਔਰ ਇਹਨਾਂ ਹਾਲਾਤਾਂ ਦੇ ਵਿੱਚ ਕਹਿਣੀਆਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਉੱਤੇ ਸਵਾਲ ਗਏ ਹੋਏ ਨੇ, ਜਹਿਦਾਰ ਸਾਹਿਬ ਨੇ ਫੈਸਲਾ ਵੀ ਉਹਨਾਂ ਨੇ ਸਮਝ ਕਰਨਾ ਹੈਗਾ। ਇਹ ਜਿਹੜਾ ਪੰਥਕ ਹੋਣ ਦਾ ਸਰਟੀਫਿਕੇਟ ਸੀ ਮੇਰਾ ਖਿਆਲ ਹੈ ਕਿ ਇਹਨਾਂ ਕੋਲ ਲੈਣ ਦੀ ਲੋੜ ਨਹੀਂ, ਸੰਗਤ ਕੋਲ ਲੈਣ ਦੀ ਲੋੜ ਹੈ, ਸੰਗਤ ਨੇ ਹੁਣ ਦੇ ਦਿੱਤਾ। ਜੋ ਸਾਡੀਆਂ ਕੌਮ ਦੀਆਂ ਬੜੀਆਂ ਸਰਮੌਰ ਸੰਸਥਾਵਾਂ ਸੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਉਹਦੀ ਆਨ ਸ਼ਾਨ ਨੂੰ ਵੀ ਬਹੁਤ ਨੀਵਾਂ ਕੀਤਾ। ਵੱਡੇ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਉਹ ਤੁਹਾਡੇ ਘਰ ਵੀ ਆਏ ਜਦੋਂ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਜਾਣਾ ਸੀ, ਉਹ ਤੁਹਾਡੇ ਘਰ ਵੀ ਆਏ ਕਿ ਤੁਸੀਂ ਉਹਨਾਂ ਦੇ ਸੰਪਰਕ 'ਚ ਹੈਗੇ ਜਿਹੜੇ ਤੁਸੀਂ ਨਵਾਂ ਅਕਾਲੀ ਦਲ ਬਣਾਉਣ ਦੀ ਪਲਾਨ ਕਰ ਰਹੇ ਹੋ ਜਾਂ ਉਹ ਰਲ ਕੇ ਕੁਛ ਬਣ ਸਕਦਾ ਹੈਗਾ, ਕੋਈ ਇੱਦਾਂ ਦਾ ਹੈ? ਇਹ ਸਾਡੀ ਕੌਮ ਦਾ ਮਸਲਾ ਵਾ, ਸਾਡੀ ਕੌਮ ਦੀ ਆਨ ਸ਼ਾਨ ਦਾ ਮਸਲਾ ਵਾ। ਇਹਦੇ 'ਚ ਅਸੀਂ ਜਿੱਥੇ ਕੋਈ ਸਾਡੀ ਪਾਵਰ ਨਾ ਜਾਂ ਸਾਡੇ ਕੁਛ ਸਹਿਯੋਗ ਨਾ ਇਹ ਹੋ ਸਕਦਾ ਹੋਵੇ ਤਾਂ ਅਸੀਂ ਦਿਨ ਰਾਤ ਤਿਆਰ ਹਾਂ। ਅਗਸਤ 2024 ਨੂੰ ਸਿੱਖਾਂ ਦਾ ਇੱਕ ਬਹੁਤ ਇਤਿਹਾਸਿਕ ਦਿਹਾੜਾ ਹੁੰਦਾ, ਗੁਰੂ ਲਾਧੋਰੇ ਦਿਹਾੜਾ, ਜਿਹੜਾ ਕਿ ਬਾਬਾ ਬਕਾਲਾ ਸਾਹਿਬ ਮਨਾਇਆ ਜਾਂਦਾ। ਤਾਂ 19 ਅਗਸਤ ਨੂੰ ਜਿਹੜਾ ਹੈਗਾ ਉਹ ਵੱਡੀਆਂ ਰੈਲੀਆਂ ਵੀ ਹੋਈਆਂ। ਇਸ ਦਿਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਵੱਲੋਂ ਵੀ ਇੱਕ ਵੱਡਾ ਜਿਹੜਾ ਹੈਗਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਬਾਬਾ ਬਕਾਲਾ ਸਾਹਿਬ, ਅਤੇ ਉੱਥੇ ਹੀ ਮੌਜੂਦਾ ਸਰਕਾਰ ਜਿਹੜੀ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਵੀ ਇਕੱਠ ਕੀਤਾ। ਤਾਂ ਨਾਲ ਇਸ ਵਾਰ ਪੰਜਾਬ ਦੇ ਲੋਕਾਂ ਵੱਲੋਂ ਸਿੱਖ ਪੰਥ ਵੱਲੋਂ ਉਚੇਚੇ ਤੌਰ 'ਤੇ ਜਿਹੜਾ ਹੈਗਾ ਮਦਦ ਕਰਕੇ ਸਪੋਰਟ ਕਰਕੇ ਇੱਕ ਲਹਿਰ ਦੇ ਵਿੱਚੋਂ ਨਿਕਲੇ ਹੋਏ 2 ਮੈਂਬਰ ਪਾਰਲੀਮੈਂਟ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਖਾਲਸਾ ਮਲੋਆ, ਉਹਨਾਂ ਦੇ ਵੱਲੋਂ ਜਿਹੜਾ ਹੈਗਾ ਉਹ ਵੀ ਇੱਕ ਇਕੱਠ ਕੀਤਾ ਗਿਆ। ਤਾਂ ਇਸ ਇਕੱਠ ਦੇ ਕੀ ਮਾਇਨੇ ਰਹੇ? ਦਰਅਸਲ ਜਦੋਂ ਇਹ ਇਕੱਠ ਇੱਕ ਪਾਸੇ ਚੱਲ ਰਿਹਾ ਸੀ ਤਾਂ ਦੂਸਰੇ ਪਾਸੇ ਅਕਾਲੀ ਦਲ ਬਾਦਲ ਦੀ ਸਟੇਜ ਤੋਂ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਨੇ ਅੰਮ੍ਰਿਤਪਾਲ ਸਿੰਘ ਹੁਣਾਂ ਦਾ ਬਿਨ ਨਾਮ ਲਏ ਤੋਂ, ਸਰਬਜੀਤ ਸਿੰਘ ਖਾਲਸਾ ਦਾ ਬਿਨ ਨਾਮ ਲਏ ਤੋਂ, ਪੰਜਾਬ ਦੇ ਹੋਰ ਲੀਡਰਾਂ ਦੇ ਨਾਮ ਲੈ ਕੇ ਬਹੁਤ ਤਿੱਖੇ ਜਿਹੜੇ ਨੇ ਤੰਜ ਕਸੇ ਨੇ, ਬੜੇ ਵਿਵਾਦਤ ਜਿਹੜੇ ਹੈਗੇ ਨੇ ਬੋਲ ਬੋਲੇ ਨੇ, ਕਾਫੀ ਚਰਚਾਵਾਂ ਜਿਹੜੀਆਂ ਹੋ ਰਹੀਆਂ ਨੇ। ਅਕਾਲੀ ਦਲ ਇਹ ਕਹਿ ਰਿਹਾ ਵੀ ਉਹਨਾਂ ਨੇ ਪੰਥਕ ਮਖੌਟੇ ਲਾ ਦਿੱਤੇ ਨੇ। ਤਾਂ ਅਸੀਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜੀ ਹੁਣਾਂ ਕੋਲ ਬੈਠੇ ਹੈਗੇ ਆ, ਅਸੀਂ ਗੱਲਬਾਤ ਕਰਾਂਗੇ ਵੀ ਉਹ ਇਸ ਜਿਹੜਾ ਹੈਗਾ ਕੁਝ ਘੰਟੇ ਪਹਿਲਾਂ ਬਿਆਨਬਾਜ਼ੀਆਂ ਉੱਧਰੋਂ ਹੋਈਆਂ ਨੇ ਔਰ ਜਿਹੜਾ ਇਹਨਾਂ ਨੇ ਵੱਡਾ ਇਕੱਠ ਕੀਤਾ ਸੀਗਾ ਉਹਦੇ ਮਾਇਨੇ ਕੀ ਨੇ,
ਗੱਲਬਾਤ ਕਰਾਂਗੇ। ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਇਹੀ ਹੈਗਾ ਜੀ, ਜਿਹੜਾ ਇਕੱਠ ਅੱਜ ਬਾਬਾ ਬਕਾਲਾ ਸਾਹਿਬ ਕੀਤਾ ਗਿਆ, ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਅਤੇ ਸਰਬਜੀਤ ਸਿੰਘ ਖਾਲਸਾ ਉਹਨਾਂ ਦੀ ਜਿਹੜੀ ਅਗਵਾਈ ਦੇ ਵਿੱਚ, ਉਹਦੀਆਂ ਬਹੁਤ ਸਾਰੀਆਂ ਕਿਆਸ ਰਹੀਆਂ ਸੀ। ਕੋਈ ਕਹਿ ਰਿਹਾ ਸੀ ਵੀ ਇਹ ਜੇ ਨਵੀਂ ਪਾਰਟੀ ਬਣ ਜਾਣੀ ਆ, ਕਈਆਂ ਨੇ ਸੋਸ਼ਲ ਮੀਡੀਆ 'ਤੇ ਨਾਮ ਵੀ ਲਿਖਤਾ ਸੀਗਾ, ਕੋਈ ਕਹਿ ਰਹੇ ਸੀ ਵੀ ਅੱਜ ਇਹਨਾਂ ਨੇ ਜਿਹੜਾ ਹੈਗਾ ਕਿਤੇ ਹੋਰ ਰਲੇਵਾਂ ਕਰ ਲੈਣਾ ਹੈ, ਪਰ ਉਸ ਤਰ੍ਹਾਂ ਦਾ ਤਾਂ ਕੋਈ ਬਿਆਨ ਸਾਹਮਣੇ ਖੈਰ ਨਹੀਂ ਆਇਆ। ਤਾਂ ਇਹਦੇ ਕਿਹੜੇ ਕਿਹੜੇ ਮਾਇਨੇ ਸੀਗੇ ਇਸ ਇਕੱਠ ਦੇ, ਕੀ ਇਹ 'ਚੋਂ ਸੰਦੇਸ਼ ਦੇਣਾ ਚਾਹੁੰਦੇ ਸੀਗੇ? ਇਹ ਜੀ, ਜਦੋਂ ਤੋਂ ਇਲੈਕਸ਼ਨ ਹੋਈ ਆ ਅਤੇ ਉਦੋਂ ਬਾਅਦ 'ਚ ਰਿਜ਼ਲਟ ਆਉਣ ਤੋਂ ਬਾਅਦ 'ਚ ਆਮ ਸੰਗਤ ਸੋਚ ਰਹੀ ਸੀ ਕਿ ਇਹ ਸਰਕਾਰ ਕੋਈ ਇਹੋ ਜਿਹਾ ਫੈਸਲਾ ਲਊਗੀ ਕਿ ਅੰਮ੍ਰਿਤਪਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਛੱਡਿਆ ਜਾਊਗਾ, ਪਰ ਉਹ ਇੱਦਾਂ ਦਾ ਕੋਈ ਫੈਸਲਾ ਅੱਜ ਤੱਕ ਸਾਹਮਣੇ ਨਹੀਂ ਆਇਆ। ਅਤੇ ਸੰਗਤਾਂ 'ਚ ਇਹ ਬੜਾ ਰੋਸ ਸੀਗਾ ਕਿ ਤੁਸੀਂ ਕੁਛ ਕਰ ਨਹੀਂ ਰਹੇ, ਕੋਈ ਇਕੱਠ ਬੁਲਾਓ, ਕੋਈ ਆਪਾਂ ਕੋਈ ਅੱਗੇ ਵਾਸਤੇ ਕੋਈ ਰਣਨੀਤੀ ਤੈਅ ਕਰੀਏ ਕਿ ਉਹਨਾਂ ਨੂੰ ਜਾਂ ਬੰਦੀ ਸਿੰਘਾਂ ਨੂੰ ਜਾਂ ਸਾਡੇ ਬੇਅਦਬੀ ਦੇ ਮਸਲੇ ਆ ਉਹਦੇ 'ਤੇ ਕੋਈ ਵੀ ਸਰਕਾਰ ਕਿਸੇ ਪਾਸੇ ਵੀ ਨਹੀਂ ਲਾ ਰਹੀ, ਨਾ ਕੋਈ ਕਿਸਾਨਾਂ ਦੀ ਗੱਲ ਸੁਣੀ ਜਾ ਰਹੀ ਹੈ। ਉਹਦੇ ਵਾਸਤੇ ਅਸੀਂ ਇਹ ਇੱਕ ਸਾਰਿਆਂ ਸੰਗਤਾਂ ਦੀ ਸਲਾਹ ਨਾਲ ਇਹ ਸਾਰੀਆਂ ਉੱਥੇ ਜਥੇਬੰਦੀਆਂ, ਹੋਰ ਅਕਾਲੀ ਦਲ ਬਾਦਲ ਵਾਲੇ ਜਾਂ ਹੋਰ ਸਰਕਾਰ ਵੀ, ਕਾਂਗਰਸ ਵੀ ਈਵਨ ਇੱਥੇ ਕਰਦੀ ਸੀ, ਤਾਂ ਉਹ ਕਹਿੰਦੇ ਕਿ ਆਪਾਂ ਨੂੰ ਵੀ ਇੱਥੇ ਇਕੱਠ ਕਰਨਾ ਚਾਹੀਦਾ। ਤਾਂ ਉਹ ਅਸੀਂ ਸਾਰਿਆਂ ਨੇ ਚਲੋ ਜਿਹੜੇ ਸਿਰ ਸੱਜਣ ਸੀ ਉਹਨਾਂ ਨਾਲ ਰਾਏ ਕਰਕੇ ਅਤੇ ਅਸੀਂ ਵੀ ਉਹ ਇਕੱਠ ਕਰਨ ਵਾਸਤੇ ਸੋਚਿਆ। ਅਤੇ ਸਾਨੂੰ ਤਾਂ ਇੰਨੀ ਉਮੀਦ ਨਹੀਂ ਸੀ ਕਿ ਐਡਾ ਵੱਡਾ ਹੰਗਾਰਾ ਮਿਲੂਗਾ, ਕਿਉਂਕਿ ਸਾਡੇ ਕੋਈ ਇਹੋ ਜਿਹੇ ਸਾਧਨ ਨਹੀਂ ਹੈਗੇ ਅਸੀਂ ਸੰਗਤਾਂ ਨੂੰ ਬੇਨਤੀ ਕਰ ਸਕਦੇ ਹਾਂ। ਅਤੇ ਉਸ ਅਸੀਂ ਚਲੋ ਸੰਗਤਾਂ ਨੂੰ ਬੇਨਤੀ ਕੀਤੀ ਅਤੇ ਉਹਨਾਂ ਨੇ ਇਹ ਬਹੁਤ ਵੱਡਾ ਹੰਗਾਰਾ ਭਰਿਆ, ਬਹੁਤ ਵੱਡੀ ਤਾਦਾਦ 'ਚ ਆ ਕੇ ਜਿਹੜੀਆਂ ਸਥਾਪਤ ਧਿਰਾਂ ਸੀਗੀਆਂ ਜਾਂ ਸਰਕਾਰ ਸੀ ਉਹਨਾਂ ਤੋਂ ਵੀ ਬਹੁਤ ਵੱਡਾ ਇਕੱਠ ਕਰਕੇ, ਅਤੇ ਮੇਰੇ ਘਰ ਸਾਡੇ ਸਿਰ 'ਤੇ ਬਹੁਤ ਵੱਡਾ ਉਹਨਾਂ ਨੇ ਇੱਕ ਭਾਰ ਦੇ ਪਹਿਲਾਂ ਵੀ ਉਹਨਾਂ ਦਾ ਬਹੁਤ ਸੀ ਸਾਡੇ ਸਿਰ 'ਤੇ, ਅਸੀਂ ਉਹਨਾਂ ਦੇ ਬੜੇ ਧੰਨਵਾਦੀ ਸਾਂ ਪਹਿਲਾਂ ਵੀ, ਅਤੇ ਹੁਣ ਵੀ ਉਹਨਾਂ ਨੇ ਸਾਨੂੰ ਬਹੁਤ ਇਹ ਜਿਹੜਾ ਇਹ ਵੱਡੀ ਤਾਦਾਦ 'ਚ ਇੱਥੇ ਪਹੁੰਚ ਕੇ ਸਾਡੇ ਸਾਨੂੰ ਉਹਨਾਂ ਨੇ ਕਰਜ਼ਦਾਰ ਬਣਾਇਆ ਅਤੇ ਅਸੀਂ ਹਮੇਸ਼ਾ ਉਹਨਾਂ ਦੇ ਰਿਣੀ ਰਵਾਂਗੇ। ਅਤੇ ਇਹ ਇੰਨਾ ਕਿ ਹੁਣ ਸਾਨੂੰ ਲੱਗਦਾ ਕਿ ਸਿੱਖ ਪੰਥ 'ਚ ਕਾਫੀ ਜਾਗਰਤੀ ਆ ਗਈ ਹੈ ਕਿ ਉਹ ਬੰਦੀ ਸਿੰਘਾਂ ਦੇ ਮਸਲੇ ਜਲਦੀ ਜਲਦੀ ਹੱਲ ਕਰਾਉਣਾ ਚਾਹ ਰਹੇ ਆ। ਬੇਅਦਬੀ ਦਾ ਮਾਮਲਾ ਜਿਹੜਾ ਦਿਨ ਦਿਨ ਸਰਕਾਰ ਉਹ ਇਨਸਾਫ ਦੋ ਸਰਕਾਰਾਂ ਉਹਦੇ ਮਸਲੇ 'ਤੇ ਬਣੀਆਂ ਅਤੇ ਕਿਸੇ ਨੇ ਵੀ ਕੋਈ ਸਗੋਂ ਬੇਅਦਬੀ ਰੁਕਣ ਦੀ ਬਜਾਏ ਹੋਰ ਵੱਧਦੀ ਗਈ। ਅਤੇ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਰੋਸ ਸੀ, ਜਿਹੜਾ ਕਿਸਾਨੀ ਮਸਲੇ ਸੀ, ਉਹ ਸਾਰੇ ਕਿਸਾਨ ਯੂਨੀਅਨਾਂ ਦੇ ਵਿੱਚ ਬੰਦੇ ਵੀ ਸੀ, ਉਹਨਾਂ ਵੀ ਆਏ ਅਤੇ ਸਾਰਿਆਂ ਨੇ ਰਲ ਮਿਲ ਕੇ ਇਹੀ ਸੋਚਿਆ ਕਿ ਆਪਾਂ ਨੂੰ ਕੋਈ ਇਹ ਜਿਹੜਾ ਇਕੱਠ ਕਰਕੇ ਸਰਕਾਰ ਨੂੰ ਦੱਸੀਏ ਅਤੇ ਉਹ ਸ਼ਾਇਦ ਸਾਡੀ ਕੋਈ ਉਹ ਜੇ ਉਹਨਾਂ ਨੂੰ ਜਗਾਈਏ ਜੇ ਸ਼ਾਇਦ ਉਹ ਜਾਗਣ ਅਤੇ ਬੰਦੀ ਸਿੰਘਾਂ ਨੂੰ ਵੀ ਛੱਡਣ ਅਤੇ ਬੇਅਦਬੀ ਦਾ ਵੀ ਕੋਈ ਇਨਸਾਫ ਜਿਹੜੇ ਕਈ ਚਿਰ ਤੋਂ ਉਹ ਰੋਕ ਕੇ ਬੈਠੇ ਕਿਸੇ ਫੈਸਲੇ ਕਿਸੇ ਸਾਈਨ ਕਰਕੇ ਅਤੇ ਉਹ ਕੋਈ ਕੇਸ ਚਲਾਉਣਾ, ਉਹ ਵੀ ਨਹੀਂ ਕਰ ਰਹੇ। ਉਹ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਵੀ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਣੀ ਚਾਹੀਦੀ, ਜਿਹੜੇ ਕੁਛ ਕੇਸ ਬੇਅਦਬੀ ਦੇ ਅਤੇ ਇੱਥੋਂ ਟਰਾਂਸਫਰ ਹੋ ਰਹੇ ਚੰਡੀਗੜ੍ਹ ਜਾਂ ਹੋਰ ਕਿਤੇ, ਉਹ ਵੀ ਰੋਕਣੇ ਚਾਹੀਦੇ, ਵਾਪਸ ਲਿਆਉਣੇ। ਜਿਸ ਤਰ੍ਹਾਂ ਕਿ ਜਦੋਂ ਦੀਆਂ ਲੋਕ ਸਭਾ ਚੋਣਾਂ 2024 ਦੇ ਨਤੀਜੇ ਆਏ ਨੇ, ਜਦੋਂ ਦੇ ਅੰਮ੍ਰਿਤਪਾਲ ਸਿੰਘ ਖਾਲਸਾ ਇੱਕ ਵੱਡੀ ਜਿੱਤ ਲੈ ਕੇ ਜਿਹੜਾ ਮੈਂਬਰ ਪਾਰਲੀਮੈਂਟ ਬਣੇ ਅਤੇ ਸਰਬਜੀਤ ਸਿੰਘ ਮਲੂਆ ਜਿਨ੍ਹਾਂ ਤੋਂ ਮਤਲਬ ਅਕਾਲੀ ਦਲ ਦੇ ਜਾਂ ਕਾਂਗਰਸ ਦੇ ਜਾਂ ਆਮ ਆਦਮੀ ਪਾਰਟੀ ਦੇ ਕਹਿ ਰਹੇ ਸੀ ਵੀ ਇਹ ਤਾਂ ਸਰਪੰਚ ਨਹੀਂ, ਜਿੱਦਾਂ ਇੱਦਾਂ ਦੀਆਂ ਉਹਨਾਂ ਨੇ ਸਟੇਟਮੈਂਟ ਮੀਡੀਆ 'ਚ ਵੀ ਕਈ ਥਾਂ ਦਿੱਤੀਆਂ ਵੀ ਅੰਮ੍ਰਿਤਪਾਲ ਸਿੰਘ ਨੂੰ ਇਹ ਕਹਿ ਰਹੇ ਸੀ ਵੀ 50,000 ਵੋਟ ਨਹੀਂ ਪੈਂਦੀ, ਪਰ ਨਤੀਜੇ ਹੁਣ ਤਾਂ ਸਾਰਿਆਂ ਦੇ ਸਾਹਮਣੇ ਨੇ, ਹੁਣ ਤਾਂ ਕੋਈ ਗੱਲ ਰਹਿ ਨਹੀਂ ਗਈ। ਤਾਂ
ਅੱਛਾ, ਉਸ ਤੋਂ ਬਾਅਦ ਪੰਜਾਬ ਦੀਆਂ ਬਹੁਤ ਸਾਰੀਆਂ ਉਹ ਧਿਰਾਂ ਜਿਹੜੀਆਂ ਚਾਹੁੰਦੀਆਂ ਹੈਗੀਆਂ ਵੀ ਅਸੀਂ ਜਿਹੜਾ ਸਿੱਖ ਵੋਟ ਬੈਂਕ ਆ ਜਿਹੜਾ ਕਿਸੇ ਵੀ ਪੱਕੀ ਪਾਰਟੀ ਨਾਲ ਨਹੀਂ ਜੁੜਿਆ ਹੋਇਆ, ਉੱਦਾਂ ਚਲੋ ਅਕਾਲੀ ਦਲ ਕੁਛ ਵੋਟ ਬੈਂਕ ਹੈ, ਭਾਜਪਾ ਕੋਲ ਵੀ ਕੁਛ ਹੈ, ਕਾਂਗਰਸ ਕੋਲ ਵੀ ਆਪਣਾ ਪੱਕਾ ਹੈ, ਆਪ ਕੋਲ ਵੀ ਹੁਣ ਤਾਂ ਪੱਕਾ ਹੈ, ਜਿਹੜਾ ਇੱਕ ਝੁੱਲਦਾ ਵੋਟ ਬੈਂਕ ਹੁੰਦਾ, ਮਤਲਬ ਉਹਨੂੰ ਪ੍ਰਭਾਵਿਤ ਕਰਨ ਦੇ ਲਈ ਸਿੱਖਾਂ ਦੇ ਮੁੱਦੇ ਚੁੱਕੀਏ, ਉਹ ਮੁੱਦੇ ਜਿਹੜੇ ਕਦੇ ਹੱਲ ਨਹੀਂ ਹੋਏ ਜਾਂ ਉਹ ਮੁੱਦੇ ਜਿਹੜੇ ਹੱਲ ਹੋਣ ਦੀ ਉਮੀਦ ਵੀ ਕਈ ਵਾਰੀ ਜਾਪਦੀ ਵੀ ਨਹੀਂ ਸ਼ਾਇਦ ਹੋਣਗੇ, ਪਰ ਇਹ ਵੀ ਵਿਸ਼ਵ ਭਰ 'ਚੋਂ ਆਵਾਜ਼ ਉੱਠਦੀ ਰਹਿੰਦੀ, ਬੰਦੀ ਸਿੰਘਾਂ ਦੀ ਗੱਲ ਹੈਗੀ ਆ, ਪੰਜਾਬ ਦੇ ਪਾਣੀਆਂ ਦੀ ਗੱਲ ਹੈਗੀ ਆ, ਤਾਂ ਉਹਨੂੰ ਲੈ ਕੇ ਜੂਨ 2024 ਦੇ ਜਿਹੜਾ ਨਤੀਜਿਆਂ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ 'ਤੇ ਇਕੱਠ ਹੋ ਰਹੇ ਆ। ਰੋਡੇ ਜਿਹੜਾ ਪਿਛਲੇ ਦਿਨੀ ਸਰਪੰਚ ਸਾਹਿਬ ਦਾ ਭੋਗ ਪਿਆ, ਉੱਥੇ ਗੱਲ ਹੋਈ ਵੀ ਨਵੀਂ ਪਾਰਟੀ ਬਣੂਗੀ, ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਕਿਹਾ ਤਾਂ ਵੀ ਨਵੀਂ ਪਾਰਟੀ ਬਣਾਵਾਂਗੇ, ਤਾਂ ਅੱਜ ਦਾ ਜਿਹੜਾ ਇਕੱਠ ਆ ਇਹਨੂੰ ਅਸੀਂ ਇੱਕ ਨਵੀਂ ਪਾਰਟੀ ਦੀ ਸ਼ੁਰੂਆਤ ਕਹਿ ਸਕਦੇ ਹਾਂ, ਐਲਾਨ ਨਹੀਂ ਕੀਤਾ ਗਿਆ ਕਿਉਂਕਿ ਕੱਲ੍ਹ ਜਿਹੜੇ ਤੁਹਾਡੇ ਵਿਰੋਧੀ ਹੈਗੇ ਨੇ, ਅੰਮ੍ਰਿਤਪਾਲ ਸਿੰਘ ਦੇ ਵਿਰੋਧੀ ਨੇ, ਬੇਸ਼ੱਕ ਉਹ ਪਹਿਲਾਂ ਨਾਲ ਹੀ ਰਹੇ, ਉਹ ਜਿੰਦਾਬਾਦ ਵੀ ਕਰਦੇ ਰਹੇ ਕੋਈ ਸਮਾਂ, ਅਸੀਂ ਨਾਲ ਤਸਵੀਰਾਂ ਵੀ ਖਿਚਾਉਂਦੇ ਰਹੇ ਵੀ ਭਾਈ ਅੰਮ੍ਰਿਤਪਾਲ ਸਿੰਘ ਤੋਂ ਬਿਨਾਂ ਹੁਣ ਕੌਮ ਚੱਲਣੀ ਨਹੀਂ ਗੀ, ਉਹ ਵੀ ਬੰਦੇ ਕਹਿ ਰਹੇ ਵੀ ਨਹੀਂ ਇਹ ਤਾਂ ਹੁਣ ਇਕੱਲੀ ਪਾਰਟੀ ਬਣਾਉਣਗੇ, ਇਹ ਤਾਂ ਸਿਰਫ ਕੁਰਸੀ ਵੱਲ ਨੂੰ ਹੀ ਹੋ ਗਿਆ, ਤਾਂ ਮਤਲਬ ਇਹ ਇਕੱਠ ਦਾ ਅਸੀਂ ਇਹ ਮਤਲਬ ਕੱਢ ਸਕਦੇ ਵੀ ਅੱਜ ਕੋਈ ਇਸ ਤਰ੍ਹਾਂ ਦਾ ਅਣਐਲਾਨਿਆ ਜਿਹੜਾ ਹੈਗਾ ਸੁਨੇਹਾ ਦਿੱਤਾ ਗਿਆ ਵੀ ਅਸੀਂ ਪਾਰਟੀ ਬਣਾਵਾਂਗੇ, ਕਿਉਂਕਿ ਉੱਥੇ ਦੋ ਤਾਂ ਮੌਜੂਦਾ ਮੈਂਬਰ ਪਾਰਲੀਮੈਂਟ ਦੇ ਪਰਿਵਾਰ ਸੀਗੇ, ਖੁਦ ਸਰਬਜੀਤ ਸਿੰਘ ਖਾਲਸਾ ਸੀਗੇ, ਉਹ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਸ਼ਹੀਦਾਂ ਦੇ ਪਰਿਵਾਰ ਸੀਗੇ, ਉਹਨਾਂ ਬੰਦੀ ਸਿੱਖ ਜਿਹੜੇ ਨੌਜਵਾਨ ਡਿਬਰੂਗੜ੍ਹ ਨੇ ਔਰ ਜਿਹੜੇ ਪਹਿਲਾਂ ਵਾਲੇ ਬੰਦੀ ਸਿੰਘ ਨੇ ਉਹਨਾਂ ਦੇ ਵੀ ਰਿਸ਼ਤੇਦਾਰ ਬਹੁਤ ਸਾਰੇ ਉੱਥੇ ਸੀਗੇ, ਇਹਦੇ ਮਾਇਨੇ ਅਸੀਂ ਕੱਢ ਸਕਦੇ ਹਾਂ ਜੀ? ਨਹੀਂ, ਇਹਦੇ 'ਚ ਕੀ ਸੰਗਤਾਂ ਦੇ ਸਾਡੇ ਪਹਿਲਾਂ ਵੀ ਸਾਡੇ ਕੋਲ ਰਹੇ ਆਈ ਸੀ ਕਿ ਸਾਰੀਆਂ ਧਿਰਾਂ ਨੂੰ ਲੋਕਾਂ ਨੇ ਪਰਖ ਚੁੱਕੇ ਆ ਅਤੇ ਸਾਰੀਆਂ ਧਿਰਾਂ ਤੋਂ ਲੋਕ ਨਿਰਾਸ਼ ਆ ਵੀ ਆਪਾਂ ਨੂੰ ਲੋਕਾਂ ਦਾ ਫਤਵਾ ਵੀ ਇਸ ਕਰਕੇ ਬਹੁਤ ਵੱਡੀ ਮਾਰਜਨ ਨਾਲ ਉਹਨਾਂ ਦਾ ਜਿੱਤਣਾ, ਸਰਬਜੀਤ ਦਾ ਜਿੱਤਣਾ ਅਤੇ ਲੋਕਾਂ 'ਚ ਇੱਕ ਨਵੀਂ ਆਸ ਦੀ ਕਿਰਨ, ਇੱਕ ਜੋ ਅੰਮ੍ਰਿਤਪਾਲ ਨੇ ਨਸ਼ਿਆਂ ਦੇ ਖਿਲਾਫ਼ ਜਿਹੜੀ ਵੱਡੀ ਲੜਾਈ ਲੜੀ ਸੀ ਅਤੇ ਉਹ ਲੋਕਾਂ ਨੂੰ ਉਹ ਵੀ ਉਮੀਦ ਹੈ ਕਿ ਨਸ਼ਾ ਸਾਡੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਅਤੇ ਇਸ ਕਰਕੇ ਉਹ ਉਮੀਦ ਇਸ ਕਰਕੇ ਉਹਨਾਂ ਨੇ ਉਦੋਂ ਵੀ ਵੋਟਾਂ ਪਾਈਆਂ ਕਿ ਉਹ ਬਾਹਰ ਆਉਣਗੇ ਅਤੇ ਸ਼ਾਇਦ ਇਹ ਨਸ਼ਿਆਂ ਦੇ ਜਿਹੜਾ ਦਰਿਆ ਵਗ ਰਿਹਾ ਇਹਨੂੰ ਕੋਈ ਠੱਲ ਪਾ ਸਕਣ ਅਤੇ ਬਾਕੀ ਹੁਣ ਉਦੋਂ ਬਾਅਦ 'ਚ ਲੋਕਾਂ ਦੀ ਇਹ ਉਮੀਦ ਵੱਧ ਗਈ ਹੈ ਕਿ ਨਹੀਂ ਛੱਡਿਆ ਜਾ ਰਿਹਾ ਅਤੇ ਸਾਨੂੰ ਕੋਈ ਨਾ ਕੋਈ ਇਹਦੇ ਵਾਸਤੇ ਕੋਈ ਵੱਡੀ ਕੋਈ ਕਰਨਾ ਚਾਹੀਦਾ ਕਿ ਸਾਨੂੰ ਕੋਈ ਰਾਜਨੀਤਿਕ ਤੌਰ 'ਤੇ ਵੀ ਮਜ਼ਬੂਤ ਹੋਣਾ ਚਾਹੀਦਾ ਕਿ ਜਿਹੜੇ ਅਸੀਂ ਸਰਕਾਰਾਂ ਕੋਲ ਇਨਸਾਫ਼ ਮੰਗਦੇ ਹਾਂ ਅਤੇ ਜੇ ਅਸੀਂ ਖੁਦ ਹੀ ਆਪਣੀ ਸਰਕਾਰ ਹੋਵੇ ਤਾਂ ਆਪਾਂ ਇਨਸਾਫ਼ ਲੈਣਾ ਜਿਹੜਾ ਕੁਝ ਸੌਖਾ ਹੋ ਜੇ ਅਤੇ ਪਰ ਅਜੇ ਫਿਲਹਾਲ ਅਸੀਂ ਬਹੁਤ ਲੋਕਾਂ ਦੀ ਤੇ ਰਾਏ ਆ ਕਿ ਪਾਰਟੀ ਬਣਾਈ ਜਾਣੀ ਚਾਹੀਦੀ ਹੈ ਪਰ ਅਸੀਂ ਫਿਰ ਵੀ ਇਹ ਕੁਛ ਸੋਚ ਰਹੇ ਹਾਂ ਕੁਛ ਹੋਰ ਪੰਜਾਬ 'ਚ ਘੁੰਮ ਕੇ ਵੇਖ ਕੇ ਵੱਡੇ ਕੋਈ ਸਿਰਦ ਆਗੂ ਬੰਦਿਆਂ ਨਾਲ ਜਿਹੜੇ ਬੁੱਧੀਜੀਵੀ ਆ ਜਾਂ ਉਹਨਾਂ ਨਾਲ ਗੱਲ ਕਰਕੇ ਅਤੇ ਫਿਰ ਅਸੀਂ ਸੋਚਦੇ ਹਾਂ ਕਿ ਸਾਨੂੰ ਇਹ ਬਣਾਉਣੀ ਚਾਹੀਦੀ ਹੈ ਜਾਂ ਨਹੀਂ ਬਣਾਉਣੀ ਚਾਹੀਦੀ ਹੈ ਜੇ ਅਸੀਂ ਉੱਤੇ ਵਰਕ ਕਰਾਂਗੇ ਜੀ। ਤਾਂ ਇੱਕ ਪਾਸੇ ਜਦੋਂ ਅੱਜ ਜਿਹੜਾ ਹੈਗਾ ਜਿਹੜੀ ਇਹ ਸਟੇਜ ਸੀ ਪੰਥਕ ਇਕੱਤਰਤਾ ਸੀਗੀ, ਇੱਥੇ ਤਕਰੀਰਾਂ ਪੇਸ਼ ਕੀਤੀਆਂ ਜਾ ਰਹੀਆਂ ਸੀ ਜਿੱਥੇ ਸ਼ਹੀਦ ਭਾਈ ਬੈਂਤ ਸਿੰਘ ਦੇ ਪੁੱਤਰ ਸੀਗੇ, ਸ਼ਹੀਦ ਭਾਈ ਸਤਵੰਤ ਸਿੰਘ ਦਾ ਭਤੀਜਾ ਸੀ ਸੁਖਵਿੰਦਰ ਸਿੰਘ ਹੁਣੀ ਸੀ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਸੀਗੀਆਂ, ਨਾਲ ਹੀ ਜਿਹੜੀ ਅਕਾਲੀ ਦਲ ਦੀ ਸਟੇਜ ਸੀ ਉਹਦੀ ਜਿਹੜੀ ਚਰਚਾ ਹੈਗੀ ਹੈ ਇੱਕਦਮ, ਕਿਉਂਕਿ ਉੱਥੇ ਭਾਈ ਗੁਰਦੀਪ ਸਿੰਘ ਖੈੜਾ ਉੱਦਾਂ ਚਲੋ ਤੁਹਾਡੇ ਗੁਆਂਢੀ ਵੀ ਹੈਗੇ ਨੇ, ਤੁਹਾਡੇ ਨਗਰ ਦੇ ਵੀ ਨੇ, ਬੰਦੀ ਸਿੰਘ ਨੇ 30 ਸਾਲ ਤੋਂ ਉੱਤੇ ਦਾ ਜਿਹੜਾ ਹੈਗਾ ਉਹਨਾਂ ਦਾ ਹੈਗਾ 90 ਤੋਂ ਜੇਲ੍ਹ 'ਚ ਹੈਗੇ ਨੇ, ਮਤਲਬ ਉਹਨਾਂ ਨੇ ਬਹੁਤ ਸਾਰੇ ਜਿਹੜੇ ਹੈਗੀਆਂ ਗੱਲਾਂ ਕਹੀਆਂ, ਉਹ 'ਚ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਬਾਰੇ ਵੀ ਬਿਨ ਨਾਮ ਲਈ ਤੋਂ ਕਿਹਾ ਵੀ ਦੋ ਹੀ ਨੇ, ਉਹ ਤਾਂ 11 ਹਨੇਰੀਆਂ ਝੁੱਲ ਗਈਆਂ ਸੀਗੀਆਂ ਅਤੇ ਕਹਿੰਦੇ ਵੀ ਅੰਮ੍ਰਿਤਪਾਲ ਸਿੰਘ ਤਾਂ ਕਹਿੰਦਾ ਸੀ ਵੀ ਸਿਰ ਦੇਣਾ ਪਊਗਾ ਖਾਲਿਸਤਾਨ ਬਿਨਾਂ ਮਸਲਾ ਹੱਲ ਹੀ ਨਹੀਂ ਹੋਣਾ, ਹੁਣ ਚਾਰ ਲੱਤਾਂ ਵਾਲੀ ਕੁਰਸੀ ਦੇ ਥੱਲੇ ਸਿਰ ਦਿੱਤਾ ਹੈਗਾ, ਇਹਦੀ ਬਹੁਤ ਚਰਚਾ ਹੋ ਰਹੀ ਹੈ, ਮਤਲਬ ਇਹਦੇ ਕੀ ਮਾਇਨੇ ਤੁਸੀਂ ਕੱਢਦੇ ਹੋ? ਇਹਦੇ 'ਚ ਜੀ ਮੇਰੇ ਖਿਆਲ ਹੈ ਕਿ ਗੁਰਦੀਪ ਸਿੰਘ ਹੁਣਾਂ ਦੇ ਚਲੋ ਬਹੁਤ ਲੰਮਾ ਟਾਈਮ ਜੇਲ੍ਹ ਕੱਟੀ, ਹੋਰ ਬੰਦੀ ਸਿੰਘ ਸਾਡੇ ਲਈ ਤਾਂ ਅਸੀਂ ਤਾਂ ਸਤਿਕਾਰਤੀ ਕਹਾਂਗੇ ਉਹਨਾਂ ਨੂੰ, ਪਰ ਮੈਨੂੰ ਲੱਗਦਾ ਕਿ ਕਿਸੇ ਵੇਲੇ ਕਈ ਚੀਜ਼ਾਂ ਦਾ ਕਈ ਬੰਦੇ ਨੂੰ ਲਾਲਚ ਜਾਂ ਕੋਈ ਇਹੋ ਜਿਹੀ ਚੀਜ਼ਾਂ ਜਿਹੜੀਆਂ ਨਾ ਉਹ ਗਲਤ ਪਾਸੇ ਨੂੰ ਵੀ ਤੋਰ ਦਿੰਦੀਆਂ ਅਤੇ ਮੇਰਾ ਖਿਆਲ ਹੈ ਕਿ
ਉਹਨਾਂ ਨੂੰ ਚਲੋ ਉਹਨਾਂ ਦੀ ਮਰਜ਼ੀ ਆ, ਪਰ ਇਹ ਚੀਜ਼ ਹੈ ਕਿ ਉਹ ਇਹਨਾਂ ਨੇ ਇਲੈਕਸ਼ਨ ਦੇ ਟਾਈਮ 'ਤੇ ਵੀ ਬੜਾ ਆਪਣੇ ਆਪ ਨੂੰ, ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ ਉਹਨਾਂ ਨੇ ਪੰਥਕ ਹੋਣ ਦਾ ਬੜਾ ਪਾਇਆ ਸੀਗਾ ਕਿ, ਅਤੇ ਉਹਦੇ 'ਚ ਵੀ ਲੋਕਾਂ ਨੇ ਬੜਾ ਸਾਫ਼ ਸਪੱਸ਼ਟ ਫਤਵਾ ਦੇ ਕੇ ਉਹ ਜਿਹੜਾ ਪੰਥਕ ਜਿਹੜਾ ਮਖੌੜਾ ਪਾਈ ਫਿਰਦੇ ਸੀ ਉਹ ਵੀ ਲਾ ਦਿੱਤਾ ਉਦੋਂ, ਅਤੇ ਹੁਣ ਵੀ ਬਥੇਰੀ ਭੱਜ ਦੌੜ ਕਰ ਰਹੇ ਆ, ਪਰ ਮੇਰਾ ਖਿਆਲ ਹੈ ਕਿ ਹੁਣ ਤਾਂ ਇਹਨਾਂ ਦੇ ਆਪਸ ਵਿੱਚ ਵੀ ਅਤੇ ਹੋਰ ਜਿਹੜੇ ਜੋ ਪੰਥਕ ਹੋਣ ਦੇ ਜਿਹੜੇ ਦਾਅਵਾ ਕਰਦੇ ਸੀ ਉਹ ਤਾਂ ਜਦੋਂ 15 ਤੋਂ ਬਾਅਦ ਬੇਅਦਬੀਆਂ ਹੋਈਆਂ ਨੇ ਸਰਕਾਰ 'ਚ ਉਦੋਂ ਹੀ ਲੋਕ ਸਮਝ ਗਏ ਸੀ ਕਿ ਇਹ ਪਹਿਲਾਂ 2007 ਤੋਂ ਹੀ ਉਹ ਸੌਦਾ ਸਾਧ ਨੂੰ ਬਚਾਉਣ 'ਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਹਾ, ਹਮੇਸ਼ਾ ਜਿਹੜੇ ਉਹ ਕੇਸ ਵਾਪਸ ਲੈ ਗਏ, ਉਹ ਜਿਹੜੇ ਨਹੀਂ ਸੀ ਲੈ ਰਹੇ ਉਹਨਾਂ ਨੂੰ ਟ੍ਰਾਂਸਫਰ ਕਰਕੇ ਦੂਜੇ ਬੰਦੇ ਨੂੰ ਉੱਥੇ ਲਿਆ ਕੇ ਸਭ ਕੁਛ ਕੀਤਾ ਗਿਆ, ਅਤੇ ਪਰ ਫਿਰ ਵੀ ਲੋਕ ਥੋੜ੍ਹਾ ਬਹੁਤ ਵਿਸ਼ਵਾਸ ਕਰਦੇ ਸੀ, ਪਰ ਹੁਣ ਜਦੋਂ ਦਾ 15 ਤੋਂ ਬਾਅਦ ਤਾਂ ਲੋਕਾਂ ਦਾ ਦਿਨੋਂ ਦਿਨ ਜਿਹੜੀ ਹੈ ਕਿ ਉਹ ਲੋਕਾਂ ਦੇ ਮਨ ਤੋਂ ਲੱਥ ਚੁੱਕਿਆ, ਕਿਉਂਕਿ ਸਰਕਾਰ ਇਹਨਾਂ ਦੀ ਸੀ, ਚਲੋ ਜੇ ਇਹਨਾਂ ਨਹੀਂ ਵੀ ਸੀ ਕਰਾਈਆਂ ਤਾਂ ਉਹਦੇ ਤੋਂ ਕੁਛ ਨਾ ਕੁਛ ਕਾਰਵਾਈ ਤਾਂ ਕੀਤੀ ਜਾ ਸਕਦੀ ਸੀ, ਜੇ ਨਾ ਕੀਤੀ ਸੀ ਉਹਨਾਂ ਫੜਿਆ ਜਾ ਸਕਦਾ ਸੀ, ਪਰ ਇਹਨਾਂ ਨੇ ਜਿਹੜੇ ਕਰਨ ਵਾਲੇ ਸੀ ਫਿਰ ਉਹਨਾਂ ਨੂੰ ਮਾਫੀਆਂ ਦਵਾਈਆਂ, ਹੈਂ ਫਿਰ ਮਾਫੀਆਂ ਨੂੰ ਜਸਟੀਫਾਈ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਦਾ 90 ਲੱਖ ਰੁਪਈਆ ਵੀ ਲਾਇਆ ਕੌਮ ਦਾ ਜਿਹੜਾ ਪੈਸਾ ਸੀ, ਅਤੇ ਉਹ ਜਿਹੜੀਆਂ ਚੀਜ਼ਾਂ ਉਹ ਤੋਂ ਬਾਅਦ ਤਾਂ ਹੁਣ ਇਹ ਲੱਗਦਾ ਵੀ ਕਿ ਇਹ ਪੰਥ ਵਾਸਤੇ ਕੀ ਕਰ ਰਹੇ ਆ। ਪਹਿਲੀ ਗੱਲ ਤਾਂ 97 'ਚ ਹੀ ਇਹਨਾਂ ਨੇ ਪੰਥ ਨੂੰ ਛੱਡ ਕੇ ਅਤੇ ਪੰਜਾਬੀ ਪਾਰਟੀ ਬਣਾ ਲਈ ਸੀ ਸੱਤਾ ਵਾਸਤੇ, ਅਤੇ ਉਦੋਂ ਸਿੱਖ ਮਸਲਿਆਂ ਨੂੰ ਤਾਂ ਉਦੋਂ ਹੀ ਇਹਨਾਂ ਨੇ ਜਿਹੜਾ ਛੱਡ ਦਿੱਤਾ ਸੀ, ਪਰ ਫਿਰ ਵੀ ਲੋਕ ਥੋੜ੍ਹੇ ਜਿਹੇ ਭੋਲੇ ਭਾਲੇ ਸੀ ਉਹ, ਅਤੇ ਉਹਨਾਂ ਨੇ ਫਿਰ ਵੀ ਇਹਨਾਂ ਨੂੰ ਪੰਥਕ ਸਮਝੀ ਗਏ ਅਤੇ ਇਹਨਾਂ ਨੂੰ 2 ਵਾਰੀ ਸਰਕਾਰ ਵੀ ਬਣਾ ਕੇ ਦਿੱਤੀ, ਅਤੇ ਇਹ ਜਿਹੜੇ ਬੰਦੀ ਸਿੰਘ ਅੱਜ ਗੁਰਦੀਪ ਸਿੰਘ ਜੀ ਵੀ ਕਹਿ ਰਹੇ ਆ, ਪਰ ਮੇਰਾ ਖਿਆਲ ਹੈ ਕਿ ਜੇ ਉਦੋਂ ਚਾਹੁੰਦੇ ਤਾਂ ਸਰਕਾਰ ਦੇ ਟਾਈਮ 'ਤੇ ਤਾਮਿਲਨਾਡੂ ਵਾਲਿਆਂ ਨੇ ਆਪਣੀ ਸਰਕਾਰ 'ਚ ਛੁਡਾ ਹੀ ਲਏ ਆਪਣੇ ਬੰਦੇ, ਅਤੇ ਇਹ ਵੀ ਛੁਡਾ ਸਕਦੇ ਸੀ, ਪਰ ਉਹ ਮੇਰੇ ਖਿਆਲ ਇਹਨਾਂ ਦੀ ਨੀਂਹ 'ਚ ਖੋਟ ਆ। ਅਜੇ ਵੀ ਮੇਰੇ ਖਿਆਲ ਉੱਤੋਂ ਉੱਤੋਂ ਤਾਂ ਕਿਹਾ ਜਾ ਰਿਹਾ, ਪਰ ਅੰਦਰੋਂ ਚਾਹ ਰਿਹਾ ਕਿ ਜੇ ਬੰਦੀ ਸਿੰਘ ਬਾਹਰ ਆ ਜਾਣਗੇ ਤਾਂ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਉਹਨਾਂ ਦੀਆਂ ਜਿਹੜੇ ਉਹਨਾਂ ਤੋਂ ਵੀ ਖਤਰਾ ਹੀ ਹੈ ਕਿ ਉਹ ਕੱਲ੍ਹ ਨੂੰ ਆ ਕੇ ਕੋਈ ਕਿਸੇ ਲੋਕ ਉਹਨਾਂ 'ਤੇ ਭਰੋਸਾ ਕਰਨਗੇ। ਭਾਈ ਖੱਡਾ ਹੋਣਾ ਕਿਹਾ ਵੀ ਕੁਛ ਲੋਕ ਪੰਥਕ ਮੁਖੌਟਾ ਪਾ ਕੇ ਪੰਥ ਦਾ ਨੁਕਸਾਨ ਕਰ ਰਹੇ ਨੇ, ਬਲਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਇਹਨੇ ਹਮੇਸ਼ਾ ਪੰਥ ਦਾ ਬਹੁਤ ਫਾਇਦਾ ਕੀਤਾ। 78 ਤੋਂ ਲੈ ਕੇ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰਾਂਤਨ ਕੁਛ ਸ਼ਹੀਦਾਂ ਸਿੰਘਾਂ ਦੇ ਨਾਮ ਗਣਾ ਕੇ, ਅਤੇ ਉਹਨਾਂ ਨੇ ਤਾਂ ਕਦੇ ਅਕਾਲੀ ਦਲ ਬਾਰੇ ਮਾੜਾ ਕਿਹਾ ਹੀ ਨਹੀਂ ਸੀਗਾ, ਔਰ ਇਹ ਤਾਂ ਸਾਨੂੰ ਇਹਨਾਂ ਨੂੰ ਭੰਡ ਭੰਡ ਕੇ ਹੀ ਪੰਥਕ ਮੁਖੌਟੇ ਦੀ ਆੜ ਦੇ ਵਿੱਚ ਕੁਰਸੀ ਦੀ ਲਾਲਚ ਦੇ ਵਿੱਚ ਗੱਲਾਂ ਕੀ ਕਰਦੇ ਸੀ, ਕੀ ਹੋ ਗਏ, ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਔਰ ਇਹਨਾਂ ਹਾਲਾਤਾਂ ਦੇ ਵਿੱਚ ਕਹਿਣੀਆਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਉਹਨਾਂ ਦੇ ਉੱਤੇ ਸਵਾਲ ਗਏ ਹੋਏ ਨੇ, ਜਹੇਦਾਰ ਸਾਹਿਬ ਨੇ ਫੈਸਲਾ ਵੀ ਉਹਨਾਂ ਨੇ ਸਮਝ ਕਰਨਾ ਹੈਗਾ। ਇਹ ਜੀ ਪਤਾ ਨਹੀਂ ਜਾਂ ਖਹਿੜਾ ਸਾਹਿਬ ਦੀ ਕੋਈ ਨੌਲੇਜ 'ਚ ਕਮੀ ਆ ਜਾਂ ਕੀ ਆ, ਇਹ ਤਾਂ ਮੇਰਾ ਖਿਆਲ ਜਦੋਂ 78 'ਚ ਨਿਰੰਕਾਰੀ ਕਾਂਡ ਵਾਪਰਿਆ ਸੀ, 13 ਸਿੰਘ ਸ਼ਹੀਦ ਹੋਏ ਸੀ, ਅਤੇ ਉਸ ਟਾਈਮ 'ਤੇ ਵੀ ਬਾਦਲ ਸਾਹਿਬ ਹੀ ਇਹ ਸਟੇਟ ਨੂੰ ਚਲਾ ਰਹੇ ਸੀ, ਜਿੱਥੋਂ ਇਹ ਸਾਰੇ ਕੜੇ ਕਲੇਸ਼ ਦਾ ਮੁੱਢ ਵੱਜਾ ਅਤੇ ਜੋ ਕੁਛ ਹੋਇਆ, ਅਤੇ ਉਦੋਂ ਵੀ ਉਹਦੀ ਪੁਸਤ ਪਨਾਈ ਕਰਕੇ ਉਹਨੂੰ ਹਰਿਆਣੇ 'ਚ ਕੱਢਿਆ ਗਿਆ, ਉਹਦੇ ਕੇਸ ਟ੍ਰਾਂਸਫਰ ਕੀਤੇ ਗਏ, ਉਹਨੂੰ ਬਚਾਇਆ ਗਿਆ ਜਿੱਥੋਂ ਤੱਕ ਬਚਾ ਸਕਦੇ ਸੀ, ਅਤੇ ਲੋਕ ਤਾਂ ਉਦੋਂ ਤੋਂ ਹੀ ਸਮਝਦੇ ਸੀ, ਫਿਰ 84 'ਚ ਵੀ ਜਿਹੋ ਜਿਹਾ ਰੋਡ ਰਿਹਾ ਚਲੋ ਉਹ ਸਾਰੇ ਜਾਣਦੇ ਆ, ਅਤੇ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਮੇਰੇ ਖਿਆਲ ਹੁਣ ਪਰਦਾ ਤਾਂ ਕੋਈ ਰਹਿ ਨਹੀਂ ਗਿਆ, ਹੁਣ ਤਾਂ ਸੌਦਾ ਸਾਧ ਦੇ ਬੰਦਿਆਂ ਨੇ ਖੁਦ ਆ ਕੇ ਬਾਹਰ ਕਹਿ ਦਿੱਤਾ ਵੀ ਆਹ ਕੁਛ ਵਾਪਰਦਾ ਰਿਹਾ, ਅਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਜਿਹੜਾ ਪੰਥਕ ਹੋਣ ਦਾ ਸਰਟੀਫਿਕੇਟ ਸੀ, ਮੇਰਾ ਖਿਆਲ ਹੈ ਕਿ ਇਹਨਾਂ ਕੋਲ ਲੈਣ ਦੀ ਲੋੜ ਨਹੀਂ, ਸੰਗਤ ਕੋਲ ਲੈਣ ਦੀ ਲੋੜ ਹੈ, ਸੰਗਤ ਨੇ ਹੁਣ ਦੇ ਦਿੱਤਾ ਵੀ ਆਹ 2 ਇਲੈਕਸ਼ਨਾਂ 'ਚ ਵੀ ਆਹ ਕੌਣ ਪੰਥਕ ਆ, ਅਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਕੁਛ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਲੋਕ ਠੀਕ ਹੈ, ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਕਰ ਛੱਡਿਆ ਇਹਨਾਂ ਦੇ, ਪਰ ਇਹਨਾਂ ਨੇ ਹਮੇਸ਼ਾ ਹੀ ਧੋਖੇਬਾਜ਼ੀ ਕੀਤੀ ਲੋਕਾਂ ਨੂੰ ਆਪਣੇ ਕੁਰਸੀ ਦੇ ਲਾਲਚ 'ਚ ਜਾਂ ਆਪਣੇ ਬਿਜ਼ਨਸ ਵਧਾਉਣ ਵਾਸਤੇ, ਕੌਮ ਨਾਲ ਵੱਡੇ ਵੱਡੇ ਜੋ ਸਾਡੀਆਂ ਕੌਮ ਦੀਆਂ ਬੜੀਆਂ ਸਰਮੌਰ ਸੰਸਥਾਵਾਂ ਸੀ, ਸ਼੍ਰੋਮਣੀ ਕਮੇਟੀ ਅਕਾਲੀ ਦਲ, ਉਹਦੀ ਆਨ ਸ਼ਾਨ ਨੂੰ ਵੀ ਬਹੁਤ ਨੀਵਾਂ ਕੀਤਾ,
ਉਹ 'ਤੇ ਵੀ ਹੁਣ ਅੱਗੇ ਤਾਂ ਉਹ ਅਕਾਲ ਤਖਤ ਦੇ ਜਥੇਦਾਰ ਦੇ ਹੁਕਮ ਨੂੰ ਸਾਰੀ ਦੁਨੀਆ 'ਚ ਸਿਰ ਮੱਥੇ ਮੰਨਿਆ ਜਾਂਦਾ ਸੀ। ਹੁਣ ਜਦੋਂ ਤੋਂ ਇਹੋ ਜਿਹੇ ਫੈਸਲੇ ਹੋਣ ਡੇ ਪਏ, ਉਹ ਅੱਧੀ ਕੌਮ ਵੰਡੀ ਜਾਂਦੀ ਕਿਸੇ ਮਸਲੇ 'ਤੇ, ਕਦੀ ਕਿਸੇ ਮਸਲੇ 'ਤੇ, ਅੱਧੇ ਉਹਨੂੰ ਮੰਨਦੇ, ਅੱਧੇ ਨਹੀਂ ਮੰਨਦੇ। ਅਤੇ ਇਹੋ ਜਿਹੇ ਮੇਰਾ ਖਿਆਲ ਜਿਹੜਾ ਭੰਬਲ ਭੂਸਾ, ਮੇਰਾ ਖਿਆਲ ਹੈ ਕਿ ਇਹਨਾਂ ਦੀ ਬਦੌਲਤੀ ਹੋਇਆ ਸਾਰਾ ਕੁਛ। ਮਤਲਬ ਕੀ ਲੱਗਦਾ ਜਿਹੜੀਆਂ, ਕਿਉਂਕਿ ਚੋਣਾਂ ਹੈਗੀਆਂ ਨੇ ਲਾਗੇ, ਸਰਪੰਚੀ ਦੀਆਂ ਚੋਣਾਂ ਵੀ ਆਉਣ ਵਾਲੇ ਸਮੇਂ 'ਚ ਨੇ, ਚਾਰ 'ਤੇ ਜ਼ਿਮਨੀ ਚੋਣਾਂ ਹੈਗੀਆਂ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਜਿਹੜੀਆਂ ਉਹ ਜਲਦੀ ਆ ਰਹੀਆਂ ਨੇ, ਤੁਹਾਡੀ ਸਟੇਜ ਤੋਂ ਵੀ ਸ਼੍ਰੋਮਣੀ ਕਮੇਟੀ ਚੋਣਾਂ ਜਿਹੜਾ ਹੈਗਾ ਲੜਨ ਦਾ ਜਾਂ ਲੜਨ ਦੇ ਲਈ ਤਿਆਰ ਰਹਿਣ ਦਾ ਸੁਨੇਹਾ ਬਹੁਤ ਸਾਰੇ ਆਗੂਆਂ ਨੇ ਦਿੱਤਾ, ਔਰ ਤੁਸੀਂ ਵੀ ਕਿਹਾ ਵੀ ਕਮੇਟੀ ਦੇ ਲਈ ਜਿਹੜੀਆਂ ਸਿੱਖ ਵੱਧ ਤੋਂ ਵੱਧ ਵੋਟਾਂ ਬਣਾਓ, ਔਰ ਉੱਧਰੋਂ ਵੀ ਕਿਉਂਕਿ ਅਕਾਲੀ ਦਲ ਅਤੇ ਲਗਾਤਾਰ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈ ਪ੍ਰਬੰਧ, ਉਹ ਵੋਟਾਂ ਰਾਹੀਂ ਚੁਣੇ ਜਾਂਦੇ ਰਹੇ ਨੇ, ਉਹ ਉੱਥੇ ਪ੍ਰਬੰਧਕ ਰਹੇ ਨੇ। ਮਤਲਬ ਇਹ ਉਹਦੇ ਲਈ ਕਿ ਸਿੱਖ ਵੋਟ ਬੈਂਕ ਜਿਹੜਾ ਹੈਗਾ, ਖਾਸ ਕਰਕੇ ਇਸ ਇਲਾਕੇ ਦਾ ਸਿੱਖ ਵੋਟ ਬੈਂਕ, ਮੈਂ ਤੁਹਾਡੇ ਪਿੰਡ ਦੀ ਗੱਲ ਕਰਾਂ, ਖੈੜਾ ਸਾਹਿਬ ਵੀ ਤੁਹਾਡੇ ਪਿੰਡ ਦੇ ਨੇ, ਮਤਲਬ ਕਿੰਨਾ ਅਕਾਲੀ ਦਲ ਦਾ ਪ੍ਰਭਾਵ ਇਹਨਾਂ ਪਿੰਡਾਂ ਦੇ ਵਿੱਚ ਪਿਛਲੀਆਂ ਚੋਣਾਂ ਦਰਮਿਆਨ ਰਿਹਾ ਹੈਗਾ, ਵੀ ਇਹਨਾਂ ਦੀ ਸ਼ਖਸੀਅਤ ਨੂੰ ਲੈ ਕੇ ਜਾਂ ਇਹਨਾਂ ਦੇ ਕੈਂਡੀਡੇਟ ਦੀ ਸ਼ਖਸੀਅਤ ਨੂੰ ਲੈ ਕੇ ਵੀ ਹਾਂ ਬਹੁਤ ਪੰਥ ਦਾ ਇਹਨਾਂ ਨੇ ਕੰਮ ਕੀਤਾ, ਕੀ ਲੱਗਦਾ ਵੀ ਉਹਨਾਂ 'ਚੋਂ ਵੱਡਾ ਕੋਈ ਜਿਹੜਾ ਹੈਗਾ ਉਹ ਉਛਾਲ ਆ ਜਾਏਗੀ ਇੱਥੇ ਇੱਧਰ ਦੀਆਂ ਬਿਆਨਬਾਜ਼ੀਆਂ ਨਾਲ? ਨਹੀਂ, ਮੇਰੇ ਖਿਆਲ ਇੱਦਾਂ ਦੀਆਂ ਬਿਆਨਬਾਜ਼ੀਆਂ ਨਾਲ ਨਹੀਂ, ਲੋਕਾਂ ਦਾ ਹੁਣ ਇੱਕਦਮ ਹੀ ਮੇਰੇ ਖਿਆਲ ਲੋਕਾਂ ਦੇ ਮਨਾਂ ਤੋਂ ਲੱਥ ਚੁੱਕੇ ਆ, ਇਹ ਜੋ ਮਰਜ਼ੀ ਵੀ ਕਰ ਲੈਣ ਮੇਰੇ ਖਿਆਲ ਲੋਕ ਇਹਨਾਂ ਨੂੰ ਸਵੀਕਾਰ ਨਹੀਂ ਕਰਨਗੇ। ਆ ਜਿਹੜੀਆਂ ਸਾਡੇ ਪਿੰਡ ਆ ਹੁਣ ਇਲੈਕਸ਼ਨ ਹੋਈ ਆ, ਉਹਦੇ 'ਚ ਮੇਰੇ ਖਿਆਲ 13 ਵੋਟਾਂ ਅਕਾਲੀ ਦਲ ਨੂੰ ਪਈਆਂ, ਜੱਲੂਪੁਰ ਸਿਰਫ 13 ਵੋਟਾਂ ਅਕਾਲੀ ਦਲ, ਉਹ ਤਾਂ ਵੋਟਾਂ ਦੇ ਗਿਣੀਆਂ ਗਈਆਂ। ਤੇ ਇਹ ਚੀਜ਼ਾਂ ਕਿ ਮੇਰਾ ਖਿਆਲ ਕੋਈ ਇੰਨੀਆਂ ਕਿਤੇ ਗਲਤੀ ਨਾਲ ਵੀ ਪੈ ਜਾਂਦੀਆਂ, ਅਤੇ ਇਹੋ ਜਿਹੀਆਂ ਚੀਜ਼ਾਂ ਦਾ ਮੇਰਾ ਖਿਆਲ ਹੈ ਕਿ ਅਕਾਲੀ ਦਲ ਜਿਹੜਾ ਕਿ ਬਹੁਤ ਇਹ ਖਾਲੀ ਆਪਣੇ ਕਰਨੀਆਂ ਦੇ, ਅਕਾਲੀ ਦਲ ਕੋਈ ਮਾੜੀ ਚੀਜ਼ ਨਹੀਂ ਸੀ, ਅਕਾਲੀ ਦਲ ਦਾ ਇਤਿਹਾਸ ਜਥੇਦਾਰ ਮੋਹਨ ਸਿੰਘ ਤੋੜੋ ਉਹਨਾਂ ਦੇ ਟਾਈਮ 'ਤੇ ਬਹੁਤ ਵੱਡਾ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਉਹਨਾਂ ਨੇ, ਪਰ ਜਦੋਂ ਮੁੜ ਕੇ ਇੱਕ ਪਰਿਵਾਰ ਦੇ ਕਬਜ਼ੇ 'ਚ ਆ ਗਿਆ, ਉਦੋਂ ਬਾਅਦ 'ਚ ਫਿਰ ਤਾਂ ਉਹਦਾ ਜੋ ਹਸ਼ਰ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੀ ਆ। ਅਸੀਂ ਤਾਂ ਅੱਜ ਵੀ ਚਾਹੁੰਦੇ ਹਾਂ ਕਿ ਅਕਾਲੀ ਦਲ ਸੁਰਜੀਤ ਹੋਵੇ, ਅਕਾਲੀ ਦਲ ਸਾਡੇ ਵੱਡਿਆਂ ਵਡੇਰਿਆਂ ਦੀ ਪਾਰਟੀ। ਮੋਹਨ ਸਿੰਘ ਤੁੜ ਹੋਣਾ ਦਾ ਪੁੱਤਰ ਅੱਜ ਤੁਹਾਡੀ ਸਟੇਜ 'ਤੇ ਆਇਆ ਸ਼ਾਇਦ? ਹਾਂਜੀ, ਉਹ ਵੀ ਆਏ ਸੀ, ਪਰਿਵਾਰਕ ਮੈਂਬਰ, ਪਰਿਵਾਰਕ ਮੈਂਬਰ ਆਏ। ਕੀ ਤੁਸੀਂ ਇਸ ਅਕਾਲੀ ਦਲ 'ਤੇ ਕਬਜ਼ਾ ਕਰਨਾ ਚਾਹੁੰਦੇ ਹੋ ਜਾਂ ਨਵਾਂ ਅਕਾਲੀ ਦਲ ਬਣਾਉਣਾ ਚਾਹੁੰਦੇ? ਇੱਦਾਂ ਦੇ ਸਵਾਲ ਖੜੇ ਹੋ ਰਹੇ ਆ। ਨਹੀਂ, ਅਕਾਲੀ ਦਲ 'ਤੇ ਮਤਲਬ ਇੱਕ ਨਾਮ ਆ, ਉਹ ਅਕਾਲੀ ਦਲ ਦੇ ਨਾਂ 'ਤੇ ਅੰਮ੍ਰਿਤਸਰ ਅਕਾਲੀ ਦਲ ਵੀ ਚੱਲ ਰਿਹਾ, ਅਕਾਲੀ ਦਲ ਬਾਦਲ ਵੀ ਚੱਲ ਰਿਹਾ, ਹੋਰ ਵੀ ਕਿੰਨੇ ਅਕਾਲੀ ਦਲ ਆ। ਅਕਾਲੀ ਅਤੇ ਅਕਾਲ ਨੂੰ ਪੂਜਾ ਕਰਨ ਵਾਲੇ, ਪਰਮੇਸ਼ਰ ਨੂੰ ਇੱਕ ਪਰਮੇਸ਼ਰ ਨੂੰ ਮੰਨਣ ਵਾਲਿਆਂ ਦਾ ਜਿਹੜਾ ਦਲ ਆ ਉਹਨੂੰ ਅਕਾਲੀ ਦਲ ਕਹਿੰਦੇ। ਅਤੇ ਇੱਥੇ ਤਾਂ ਕਈਆਂ ਸੌਦੇ ਸਾਹ ਲਾਰਗਿਆਂ ਦੇ ਡੇਰਿਆਂ 'ਤੇ ਜਾਣ ਵਾਲੇ ਵੀ ਆਪਣੇ ਆਪ ਨੂੰ ਅਕਾਲੀ ਅਖਵਾਈ ਜਾਂਦੇ। ਅਤੇ ਮੇਰਾ ਖਿਆਲ ਹੈ ਕਿ ਉਹ ਇਹ ਤਾਂ ਆਪਣੇ ਸਿੱਖਾਂ ਨੂੰ ਸੋਚਣਾ ਪਊਗਾ ਕਿ ਅਸਲੀ ਅਕਾਲੀ ਦਲ ਕਿੱਦਾਂ ਦਾ ਹੋਣਾ ਚਾਹੀਦਾ ਜਾਂ ਕਿੱਦਾਂ ਦਾ ਸੀ ਉਹ ਕੋਈ ਨਵੇਂ ਤੋਂ ਉੱਠ ਕੇ ਵੀ ਜਾਂ ਇਹ ਤਾਂ ਮੇਰਾ ਖਿਆਲ ਆ ਅੱਜ ਵੀ ਅਕਾਲੀ ਦਲ ਨੂੰ ਇਹ ਇਸ ਲੈਵਲ 'ਤੇ ਲੈ ਆਉਂਦਾ ਕਿ ਹੁਣ ਜਿਹੜੇ 2-3 MLA ਜਿੱਤੇ ਸੀ ਉਹਨਾਂ 'ਚੋਂ ਵੀ ਇੱਕ ਉਹ ਚਲਾ ਗਿਆ, ਇੱਕ ਦੀ ਵੈਸੇ ਵੀ ਉਹ ਪਹਿਲਾਂ ਤੋਂ ਹੀ ਨਾਰਾਜ਼ਗੀ ਆ। ਅਤੇ ਮੇਰਾ ਖਿਆਲ ਹੈ ਕਿ ਕਿਹਦੇ ਵਿਹਾਵ 'ਤੇ ਦਾਅਵਾ ਕਰ ਰਹੇ ਆ ਕਿ ਅਸੀਂ ਅਕਾਲੀ ਹਾਂ, ਪੰਥਕ ਹਾਂ, ਹੈਂ? ਅਤੇ ਜਦੋਂ ਕਿ ਲੋਕਾਂ 'ਚ ਤਾਂ ਕੋਈ ਇੱਦਾਂ ਦੀ ਲੱਗਦੀ ਨਹੀਂ ਕਿ ਹੁਣ ਵੀ ਨਾ ਆਇਆ, ਇਲੈਕਸ਼ਨ 'ਚ ਵੀ ਬਹੁਤ ਜ਼ੋਰ ਲਾਇਆ ਅਤੇ ਸਾਰੇ ਪੰਜਾਬ 'ਚ ਜਮਾਨਤਾਂ ਜ਼ਬਤ ਹੋਣ ਵਾਲੀ। ਅਕਾਲੀ ਦਲ 'ਚੋਂ ਜਿਹੜੇ ਵੱਖਰੇ ਹੋ ਗਏ ਆਗੂ ਨੇ, ਚੰਦੂ ਮਾਜਰਾ, ਚਰਨਜੀਤ ਸਿੰਘ ਬਰਾੜ, ਭਾਈ ਅਮਰੀਕ, ਭਾਈ ਸੰਤ ਕਰਤਾਰ ਸਿੰਘ ਦੇ ਬੇਟੇ ਭਾਈ ਮਨਜੀਤ ਸਿੰਘ ਹੁਣੀ, ਹੋਰ ਵੀ ਵੱਡੇ ਆਗੂ, ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਉਹ ਤੁਹਾਡੇ ਘਰ ਵੀ ਆਏ ਜਦੋਂ ਅਕਾਲ ਤਖਤ ਸਾਹਿਬ 'ਤੇ ਉਹਨਾਂ ਨੇ ਜਾਣਾ ਸੀ, ਉਹ ਤੁਹਾਡੇ ਘਰ ਵੀ ਆਏ। ਕੀ ਤੁਸੀਂ ਉਹਨਾਂ ਦੇ ਸੰਪਰਕ 'ਚ ਹੈਗੇ ਹੋ ਜਿਹੜੇ ਤੁਸੀਂ ਨਵਾਂ ਅਕਾਲੀ ਦਲ ਬਣਾਉਣ ਦੀ ਪਲਾਨ ਕਰ ਰਹੇ ਹੋ ਜਾਂ ਉਹ ਰਲ ਕੇ ਕੁਛ ਬਣ ਸਕਦਾ ਹੈਗਾ, ਕੋਈ ਇੱਦਾਂ ਦਾ ਹੈ? ਨਹੀਂ, ਉਹਦੇ 'ਚ ਤਾਂ ਮੈਨੂੰ ਲੱਗਦਾ ਕਿ ਜਿਸ ਟਾਈਮ 'ਤੇ ਉਹਨਾਂ ਨੂੰ ਇਸ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਸੀ ਉਹਨਾਂ ਨੇ ਨਹੀਂ ਉਠਾਈ। ਉਸ ਟਾਈਮ 'ਤੇ ਚਲੋ ਠੀਕ ਹੈ ਕਿ ਅੰਦਰ ਅੰਦਰ ਭਾਵੇਂ ਉਠਾਉਂਦੇ ਰਹੇ ਹੋਣਗੇ, ਪਰ ਆਮ ਪਬਲਿਕ 'ਤੇ ਉਹੀ ਬਰਾਬਰ ਦੇ ਦੋਸ਼ੀ ਆ, ਹੈਂ? ਕਿ ਜਿਸ ਟਾਈਮ 'ਤੇ ਮੌਕਾ ਸੀ ਉਸ ਟਾਈਮ 'ਤੇ ਜੇ ਕਰਦੇ ਤਾਂ ਸ਼ਾਇਦ ਹੋ ਸਕਦਾ ਕਿ ਕੁਛ ਨਾ ਕੁਛ ਇਹ ਬੇਅਦਬੀਆਂ ਵਾਲਾ ਮਾਮਲਾ ਜਾਂ ਕੋਈ ਚੀਜ਼ਾਂ ਰੁਕ ਸਕਦੀਆਂ ਸੀ ਅਤੇ ਉਸ ਟਾਈਮ 'ਤੇ। ਪਰ ਅਸੀਂ ਇਹ ਚੀਜ਼ ਹੈ ਕਿ
ਹੋ ਸਕਦਾ ਉਹਦੇ 'ਚ ਕੋਈ ਚੰਗੇ ਬੰਦੇ ਵੀ ਹੋਣ, ਪਰ ਅਸੀਂ ਕਿਸੇ ਦੇ ਵੀ ਸੰਪਰਕ 'ਚ ਨਹੀਂ, ਨਾ ਅਸੀਂ ਕਿਸੇ ਨੂੰ ਪ੍ਰਮੋਟ ਕਰਦੇ ਹਾਂ, ਇਹ ਤਾਂ ਸੰਗਤ ਹੀ ਜਾਣਦੀ ਆ ਕਿ ਕਿਹੜਾ ਕਿੰਨਾ ਦੋਸ਼ੀ ਆ, ਜਾਂ ਅਕਾਲ ਤਖਤ ਦੇ ਜਥੇਦਾਰ ਦਾ ਅਸੀਂ ਫੈਸਲਾ ਉਡੀਕ ਰਹੇ ਹਾਂ ਕਿ ਉਹ ਕਿਹੋ ਜਿਹਾ ਫੈਸਲਾ ਕਰਦੇ ਆ ਕਿ ਇਹ ਲੰਬਾ ਪੁੱਚੀ ਕਰਦੇ ਆ ਕਿ ਕੋਈ ਮਿਸਾਲੀ ਸਜ਼ਾ ਦੇ ਕੇ ਕੋਈ ਅਕਾਲ ਤਖਤ ਦੀ ਆਨ ਸ਼ਾਨ ਨੂੰ ਬਾਹਰ ਰੱਖਦੇ ਆ, ਆਪਣੇ ਉਹਦੀ ਜਿਹੜਾ ਜਥੇਦਾਰੀ ਦਾ ਉਹਦਾ ਉਹਦੇ ਵਿਕਾਰ ਨੂੰ ਬਰਕਰਾਰ ਰੱਖਦੇ ਆ ਕਿ ਜਾਂ ਘਟਾ ਦਿੰਦੇ ਆ, ਜਿੱਦਾਂ ਅੱਗੇ ਹੋਏ ਅਸੀਂ ਮੁੜ ਕੇ ਫੈਸਲੇ ਵਾਪਸ ਲੈਣੇ ਪਏ, ਸੰਗਤ ਨੇ ਮੰਨਿਆ ਨਹੀਂ ਉਹਨਾਂ ਨੂੰ, ਅਤੇ ਇੱਦਾਂ ਦਾ ਫੈਸਲਾ ਨਾ ਹੋਵੇ ਕਿ ਜਿਹੜਾ ਲੋਕ ਮੰਨਣ ਨਾ, ਅਤੇ ਉਹਦੇ ਨਾਲ ਜਥੇਦਾਰ ਦੀ ਪਦਵੀ ਦਾ ਵੀ ਮਜ਼ਾਕ ਉੱਡਦਾ ਵਾ ਅਤੇ ਅਕਾਲ ਤਖਤ ਦੀ ਸ਼ਾਨ ਵੀ ਨੀਵੀਂ ਹੁੰਦੀ। ਤੁਹਾਡਾ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੰਪਰਕ ਲਗਾਤਾਰ ਹੁੰਦਾ ਰਹਿੰਦਾ, ਫੋਨ 'ਤੇ ਹੁਣ ਗੱਲਬਾਤ ਹੋ ਜਾਂਦੀ ਹੈ? ਨਹੀਂ, ਉਹਦੇ ਚਾਚਾ ਜੀ ਮਿਲ ਕੇ ਆਏ ਆ, ਬਾਕੀ ਹਫ਼ਤੇ 'ਚ ਇੱਕ ਅੱਧੀ ਵਾਰ ਹੁਣ ਫੋਨ ਆ ਜਾਂਦਾ ਉਹਨਾਂ ਦਾ। ਉਹਨਾਂ ਦਾ ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਜਾਂ ਚੋਣਾਂ ਲੜਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਈ ਤਿਆਰੀ ਹੈ ਜਾਂ ਕੀ ਆਦੇਸ਼ ਜਾਂ ਕੋਈ ਸਲਾਹ ਹੈਗੀ ਹੈ? ਨਹੀਂ, ਆਦੇਸ਼ ਤਾਂ ਉਹ ਕਹਿੰਦੇ ਕਿ ਇਹ ਸਾਰਾ ਫੈਸਲਾ ਆਪਾਂ ਇੱਕ ਦੂਜੀਆਂ ਪਾਰਟੀਆਂ ਵਾਂਗੂ ਜਾਂ ਇੱਦਾਂ ਨਹੀਂ ਕਰਨਾ ਚਾਹੁੰਦੇ, ਆਪਾਂ ਲੋਕਾਂ 'ਤੇ ਛੱਡਦੇ ਹਾਂ। ਅਗਰ ਲੋਕ ਚਾਹੁੰਦੇ ਆ ਅਤੇ ਜਿੱਦਾਂ ਇਲੈਕਸ਼ਨ ਵੀ ਉਹ ਲੋਕ ਸਭਾ ਦੀ ਇਲੈਕਸ਼ਨ ਲੜਨਾ ਨਹੀਂ ਚਾਹ ਰਹੇ, ਪਰ ਸੰਗਤਾਂ ਨੇ ਉਹਨਾਂ ਨੂੰ ਸਮਝੋ ਇੱਕ ਹੁਕਮ ਦਿੱਤਾ ਜਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਲੜਨੀ ਚਾਹੀਦੀ ਹੈ, ਤਾਂ ਉਹਨਾਂ ਨੇ ਉਹਨਾਂ ਦਾ ਹੁਕਮ ਮੰਨਿਆ। ਇੱਦਾਂ ਹੀ ਜੇ ਸੰਗਤ ਨੂੰ ਅਸੀਂ ਪਹਿਲਾਂ ਵੀ ਕੁਛ ਵਿਚਰੇ ਹਾਂ ਜਾਂ ਕੁਛ ਇਹ ਦੋ ਕੁਛ ਹਲਕਿਆਂ ਦਾ ਵੋਟਰਾਂ ਦਾ ਜਾਂ ਆਪਣੇ ਸੰਗਤਾਂ ਦਾ ਰੁਝਾਨ ਅਤੇ ਹੈ ਪਾਰਟੀ ਬਣਾਉਣ ਦਾ, ਪਰ ਅਸੀਂ ਫਿਰ ਵੀ ਪੂਰੇ ਪੰਜਾਬ 'ਚ ਵਿਚਰ ਕੇ ਸਾਰੇ ਲੋਕਾਂ ਦੀ ਸਲਾਹ ਲੈ ਕੇ ਜੇ ਕੋਈ ਇਹੋ ਜਿਹੀ ਲੋੜ ਮਹਿਸੂਸ ਹੋਈ ਤਾਂ ਫਿਰ ਅਸੀਂ ਕੋਸ਼ਿਸ਼ ਕਰਾਂਗੇ। ਜੀ ਬਿਲਕੁਲ, ਤਾਂ ਜ਼ਿਮਨੀ ਚੋਣਾਂ ਬਿਲਕੁਲ ਸਿਰ 'ਤੇ ਨੇ, ਕਿਉਂਕਿ ਜਿਹੜੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈਗੇ ਨੇ ਸਿੰਘ, ਉਹਨਾਂ ਦੇ ਪਰਿਵਾਰਾਂ ਵੱਲੋਂ ਜਿੱਦਾਂ ਪ੍ਰਧਾਨ ਮੰਤਰੀ ਬਾਜ ਕੇ ਦੇ ਬੇਟੇ ਨੇ ਇੱਕ ਦਿਨ ਵੀਡੀਓ ਪਾਈ ਵੀ ਅਸੀਂ ਗਿੱਦੜਬਾਹਾ ਤੋਂ ਚੋਣ, ਮੇਰਾ ਭਾਪਾ ਜਿਹੜਾ ਮੇਰਾ ਡੈਡੀ ਲੜੂਗਾ, ਕੁਲਵੰਤ ਸਿੰਘ ਰੌਕੇ ਉਹਨਾਂ ਦੀ ਆਵਾਜ਼ ਆ ਰਹੀ ਹੈ, ਕਲਸੀ ਸਾਹਿਬ ਦੀ ਪਤਨੀ ਨੇ ਵੀ ਐਲਾਨ ਕਰ ਦਿੱਤਾ ਸੀਗਾ। ਮਤਲਬ ਇਹਨੂੰ ਲੈ ਕੇ ਜਿੱਦਾਂ ਆਮ ਸਿੱਖ ਜਿਹੜੇ ਨੇ, ਜਿਹੜੇ ਮਤਲਬ ਉਦੋਂ ਇਕੱਠਾ ਦੇਖਣਾ ਚਾਹੁੰਦੇ ਹੋ ਕਿ ਵੀ ਆਪਸ 'ਚ ਹੀ ਪੰਜ ਪੰਜ ਚਾਰ ਚਾਰ ਬੰਦੇ ਖਲੋ ਜਾਣੇ ਹੈਗੇ ਨੇ, ਜਿੱਦਾਂ ਗਿੱਦੜਬਾਹਾ ਤੋਂ ਤਿੰਨ ਚਾਰ ਪੰਥਕ ਉਮੀਦਵਾਰ ਐਕਟਿਵ ਹੈਗੇ ਆ, ਬਰਨਾਲੇ ਤੋਂ ਵੀ ਹੈਗੇ ਆ, ਮਾਨ ਸਾਹਿਬ ਹੁਣੀ ਵੀ ਹੈਗੇ, ਮਤਲਬ ਇਹ ਕਿਤੇ ਫਿਰ ਪੰਥ ਜਾਂ ਪੰਥਕ ਚਿਹਰੇ ਜਿਹੜੇ, ਕਿਉਂਕਿ ਹੈ ਤਾਂ ਸਿੱਖਾਂ ਦੀ ਸਪੋਰਟ ਨਾ, ਚਲੋ ਵੋਟ ਤਾਂ ਹਲਕੇ ਨਹੀਂ ਪਾਉਣੀ ਹੁੰਦੀ, ਪਰ ਸਿੱਖਾਂ ਨੇ ਸੋਸ਼ਲ ਮੀਡੀਆ 'ਤੇ ਉਹ ਵੇਵ ਬਣਾਉਣੀ ਹੁੰਦੀ ਹੈ ਕਿ ਸਿੱਖ ਆਪਸ 'ਚ ਟੱਕਰਨਗੇ ਔਰ ਉਹ ਪਾਰਟੀਆਂ ਫਿਰ ਆਪਣਾ ਆਪਣਾ ਹੋਣਗੀਆਂ, ਇਹਨੂੰ ਕਿੱਦਾਂ ਦੇ? ਮੇਰੇ ਖਿਆਲ ਸਾਡੀ ਕੌਮ ਦੀ ਇਹੋ ਹੀ ਸਾਡੇ ਲੀਡਰਾਂ ਦੀ ਚੌਧਰ ਦੀ ਭੁੱਖ ਜਾਂ ਇਹੋ ਜਿਹੀਆਂ ਚੀਜ਼ਾਂ ਨੇ ਸਾਡੀ ਕੌਮ ਦਾ ਇਹੋ ਨੁਕਸਾਨ ਕੀਤਾ। ਮੇਰਾ ਖਿਆਲ ਹੈ ਕਿ ਸਾਨੂੰ ਜੇ ਅਗਰ ਕਿਸੇ ਇੱਕ ਧਿਰ ਦੇ ਸਰਕਾਰ ਦੇ ਖਿਲਾਫ ਜਾਂ ਲੜਾਈ ਲੜਨੀ ਆ ਤਾਂ ਸਾਨੂੰ ਚਾਹੀਦਾ ਕਿ ਅਸੀਂ ਇੱਕ ਸੀਟ 'ਤੇ ਇੱਕ ਕੈਂਡੀਡੇਟ ਦੇਈਏ, ਸਾਰੇ ਜਣੇ ਰਲ ਮਿਲ ਕੇ ਸਲਾਹ ਕਰਕੇ ਜਿਹੜਾ ਕੋਈ ਯੋਗ ਬੰਦਾ ਵਾ ਉਹ 'ਤੇ ਸਹਿਮਤੀ ਹੋਣੀ ਚਾਹੀਦੀ ਹੈ। ਅਸੀਂ ਤਾਂ ਇਹੋ ਹੀ ਕੋਸ਼ਿਸ਼ ਕਰਾਂਗੇ ਜੀ ਆਉਣ ਵਾਲੇ ਸਮੇਂ। ਵੈਸੇ ਤਾਂ ਅਸੀਂ ਸਾਡੀ ਇੱਛਾ ਨਹੀਂ ਗੀ ਇਹ ਜ਼ਿਮਨੀ ਚੋਣ ਕੋਈ ਲੜਨ ਦੀ, ਜੇ ਫਿਰ ਵੀ ਕੋਈ ਪੰਥਕ ਧਿਰ ਕੋਈ ਸਾਂਝਾ ਉਮੀਦਵਾਰ ਸਾਰਿਆਂ ਨੂੰ ਤਾਂ ਅਸੀਂ ਉਹਨੂੰ ਵੀ ਸਪੋਰਟ ਕਰਦੇ ਹਾਂ ਜੀ। ਇੱਕ ਹੋਰ ਆ, ਮਤਲਬ ਜਾਂਦੇ ਜਾਂਦੇ ਕਿਉਂਕਿ ਬੰਦੀ ਸਿੰਘਾਂ ਦੀ ਗੱਲ ਲਗਾਤਾਰ ਉਹ ਸਿੱਖ ਕਰਦੇ ਰਹੇ ਨੇ, 550 ਸਾਲਾਂ ਪ੍ਰਕਾਸ਼ ਦਿਹਾੜੇ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਇਹ ਵਾਅਦਾ ਕੀਤਾ ਸੀ ਬੰਦੇ ਰਿਹਾਅ ਹੋਣਗੇ, ਕੁਛ ਉਹਨਾਂ 'ਚੋਂ ਛੁੱਟੀਆਂ 'ਤੇ ਆਉਣ ਲੱਗ ਗਏ, ਕੁਛ ਨਹੀਂ ਆਉਣ ਲੱਗ ਗਏ, ਤਾਂ ਬੰਦੀ ਸਿੰਘਾਂ ਨੂੰ ਲੈ ਕੇ ਅੱਜ ਗੁਰਦੀਪ ਸਿੰਘ ਹੋਣਾ ਨੇ ਕਿਹਾ ਵੀ ਬੰਦੀ ਸਿੰਘਾਂ ਦੇ ਨਾਂ 'ਤੇ ਬਹੁਤ ਸਾਰੇ ਬੰਦੇ ਘਰ ਭਰ ਰਹੇ ਆ, ਉਹਨਾਂ ਨੇ ਤਾਂ ਬੜੀ ਜਿਹੜੀ ਤਲਖੀ ਦੇ ਵਿੱਚ ਬੜੀ ਥੋੜ੍ਹੀ ਸ਼ਬਦਾਵਲੀ ਉਹ ਵਿਵਾਦਤ ਆ, ਉਹਨਾਂ ਕਿਹਾ ਵੀ ਇੱਥੇ ਅੱਗ ਲਾ ਕੇ ਉਹ ਕੰਧ 'ਤੇ ਚੜ੍ਹਨ ਵਾਲੀ, ਇਸ ਤਰ੍ਹਾਂ ਦੀ ਗੱਲ ਕੀਤੀ, ਉਹ ਕਹਿੰਦੇ ਵੀ ਖਾਲਿਸਤਾਨ ਦੀ ਗੱਲ ਕਰਕੇ ਵਿਦੇਸ਼ ਚੱਲ ਗਏ ਨੇ, ਅਤੇ ਬੰਦੀ ਸਿੰਘਾਂ ਦੀ ਤੁਸੀਂ ਗੱਲ ਕਰਦੇ ਹੋ ਅੱਗੇ ਕਰੋਗੇ, ਸਾਰੇ ਬੰਦੀ ਸਿੰਘਾਂ ਦੀ ਗੱਲ ਕਰੋਗੇ, ਕੋਈ ਬਹੁਤ ਸਾਰੇ ਫਲੈਕਸ ਅਜੇ ਵੀ ਸੋਸ਼ਲ ਮੀਡੀਆ 'ਤੇ ਪਏ ਹੋਏ ਨੇ ਜਦੋਂ ਅੰਮ੍ਰਿਤਪਾਲ ਸਿੰਘ ਦੀ ਵਹੀਰ ਲੈ ਕੇ ਚੱਲ ਰਹੀ ਸੀ, ਇਹਨਾਂ ਸਾਰਿਆਂ ਦੀ ਗੱਲ ਕੀਤੀ ਜਾ ਰਹੀ ਸੀ, ਉਹਨਾਂ ਨੂੰ ਕਿਉਂ ਲੱਗ ਰਿਹਾ ਤੁਸੀਂ ਸਾਰਿਆਂ ਦੀ ਗੱਲ ਨਹੀਂ ਕਰਦੇ? ਨਹੀਂ, ਅਸੀਂ ਤਾਂ ਉਹਨਾਂ ਨੇ ਕੋਈ ਉਹਨਾਂ ਦਾ ਪਰਸਨਲ ਕਿਸੇ ਨਾਲ ਕੋਈ ਦੁਸ਼ਮਣੀ 'ਚ ਉਹਨਾਂ ਨੇ ਕੋਈ ਇਸ ਕੋਈ ਗਲਤ ਕੰਮ ਨਹੀਂ ਕੀਤਾ, ਉਹਨਾਂ ਨੇ ਕੌਮ ਦੀ ਖਾਤਰ ਕੀਤਾ ਅਤੇ ਕੌਮ ਦਾ ਫਰਜ਼ ਬਣਦਾ, ਅਤੇ ਉਸ ਕੌਮ 'ਚ ਅਸੀਂ ਵੀ ਆਉਂਦੇ ਹਾਂ। ਅਸੀਂ ਤਾਂ ਚਾਹੁੰਦੇ ਹਾਂ ਕਿ ਹਰੇ ਕੋਈ ਵੀ ਬੰਦੀ ਸਿੰਘ ਆ ਉਹਨਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੀ ਡਬਲ ਸਜ਼ਾਵਾਂ ਭੁਗੀਆਂ, ਉਹਨਾਂ ਨੂੰ ਤੁਰੰਤ ਛੱਡਿਆ ਜਾਣਾ ਚਾਹੀਦਾ ਕੋਈ ਵੀ ਹੋਵੇ। ਈਵਨ ਗੁਰਦੀਪ ਸਿੰਘ ਖੈੜੇ ਨੂੰ ਵੀ ਅਸੀਂ ਕਹਿੰਦੇ ਕਿ ਉਹ ਇਹਨੂੰ ਵੀ ਰਿਹਾ ਕੀਤਾ ਜਾਣਾ ਚਾਹੀਦਾ। ਤੁਹਾਡਾ ਕੋਈ ਨਿੱਜੀ ਨਹੀਂ ਹੈ ਇਹਨਾਂ ਨਾਲ? ਨਹੀਂ, ਨਿੱਜੀ ਹੋ ਸਕਦਾ, ਪਰ ਇਹ ਤਾਂ ਕੌਮੀ ਮਸਲਾ ਹੈ ਨਾ ਜੀ, ਇਹ ਸਾਡੀ ਕੌਮ ਦਾ ਮਸਲਾ ਵਾ, ਸਾਡੀ ਕੌਮ ਦੀ
ਆਨ ਸ਼ਾਨ ਦਾ ਮਤਲਬ ਇਹਦੇ 'ਚ ਅਸੀਂ ਜਿੱਥੇ ਕੋਈ ਕੋਈ ਸਾਡੀ ਪਾਵਰ ਨਾ ਜਾਂ ਸਾਡੇ ਕੁਛ ਸਹਿਯੋਗ ਨਾ ਇਹ ਹੋ ਸਕਦਾ ਹੋਵੇ ਤਾਂ ਅਸੀਂ ਦਿਨ ਰਾਤ ਤਿਆਰ ਹਾਂ, ਅਸੀਂ ਕੋਸ਼ਿਸ਼ ਵੀ ਕਰਾਂਗੇ, ਪੂਰੇ ਡਟ ਕੇ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸਨ ਤਰਸੇਮ ਸਿੰਘ ਜੀ, ਜਿਹੜੇ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਸ਼੍ਰੀ ਖਡੂਰ ਸਾਹਿਬ ਹਲਕਾ ਤੋਂ ਉਹਨਾਂ ਦੇ ਪਿਤਾ ਨੇ। ਤਾਂ ਅੱਜ ਦਾ ਦਿਨ ਜਿਹੜਾ ਹੈਗਾ ਉਹ ਸਿੱਖ ਅਤੇ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਕਾਫੀ ਅਹਿਮ ਰਿਹਾ। ਢਲਦੀ ਸ਼ਾਮ ਜਿਹੜੀ ਹੈ ਗੱਲਾਂ ਬਦਲ ਗਈਆਂ, ਸਵੇਰੇ ਕੁਛ ਹੋਰ ਸੀ, ਅਕਾਲੀ ਦਲ ਦੀ ਸਟੇਜ ਤੋਂ ਹੋਰ ਤਰੀਕੇ ਨਾਲ ਸ਼ੁਰੂਆਤ ਕੀਤੀ ਗਈ। ਹਰ ਪਾਰਟੀ ਚਾਹੁੰਦੀ ਹੁੰਦੀ ਵੀ ਉਹ ਲੋਕਾਂ ਨੂੰ ਖੁਸ਼ ਰੱਖੇ, ਆਪਦੇ ਖਿੱਤੇ ਦੇ ਲੋਕਾਂ ਨੂੰ, ਜਿੱਥੇ ਉਹਨਾਂ ਨੇ ਰਾਜ ਕਰਨਾ, ਜਿੱਥੇ ਉਹਨਾਂ ਨੇ ਸਿਆਸਤ ਕਰਨੀ, ਉਹ ਲੋਕ ਉਹਨਾਂ ਤੋਂ ਸੰਤੁਸ਼ਟ ਰਹਿਣ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲੰਮਾ ਸਮਾਂ ਪੰਜਾਬ ਦੇ ਵਿੱਚ ਰਾਜ ਕੀਤਾ, ਲੋਕ ਕਿਸੇ ਵਕਤ ਸੰਤੁਸ਼ਟ ਸੀ ਤਾਂ ਹੀ ਉਹਨਾਂ ਨੇ ਦੋ ਵਾਰ ਇਹਨਾਂ ਨੂੰ ਚੁਣਿਆ, ਪਰ ਜਦੋਂ ਲੋਕ ਅਸੰਤੁਸ਼ਟ ਹੋਏ, ਲੋਕ ਨਿਰਾਸ਼ ਹੋਏ, ਉਹਨਾਂ ਨੇ ਸਿੱਧਾ ਇੱਕ ਵੱਡਾ ਜਿਹੜਾ ਵੱਡੀ ਲੀਡ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਤੀ। ਉਹਨਾਂ ਤੋਂ ਲੋਕ ਅਸੰਤੁਸ਼ਟ ਹੋਏ, ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ। ਆਮ ਆਦਮੀ ਪਾਰਟੀ ਹਜੇ ਬਣੀ ਸੀ 2.5 ਮਹੀਨਿਆਂ ਬਾਅਦ ਜਦੋਂ ਸੰਗਰੂਰ ਦੇ ਵਿੱਚ ਬਾਏ ਇਲੈਕਸ਼ਨ ਆਏ ਲੋਕ ਸਭਾ ਦੇ, ਤਾਂ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿਹੜਾ ਹੈਗਾ ਵੱਡੀ ਲੀਡਰ ਨਾਲ ਜਿਤਾ ਦਿੱਤਾ। ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਲੋਕ ਬਹੁਤਾ ਚਿਰ ਜਿਹੜਾ ਹੈਗਾ ਉਹ ਕਧਾੜੀ ਨਹੀਂ ਚੜਾਉਂਦੇ, ਮਤਲਬ ਬਹੁਤਾ ਚਿਰ ਚੱਕ ਕੇ ਰੱਖਦੇ ਨਹੀਂ। ਜੇ ਬੰਦਾ ਉਮੀਦਾਂ ਦੇ ਉੱਤੇ ਖਰਾ ਨਾ ਉਤਰੇ ਤਾਂ ਉਹ ਚੁੱਕਿਆ ਹੋਇਆ ਉੱਥੇ ਹੀ ਛੱਡ ਦਿੰਦੇ, ਭਲਾ ਦਸਣ ਡੇ ਕੇ ਟੁੱਟੀ ਜਾਵੇ। ਤਾਂ ਜਿਹੜੀਆਂ ਇਸ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਨਤੀਜੇ ਆਏ ਨੇ, ਕਾਂਗਰਸ ਨੂੰ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਉਹ ਵੱਡੀ ਇੱਕ ਪਾਰਟੀ ਹੋਣ ਦਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਖਿਤਾਬ ਮਿਲਿਆ। ਦੂਜੇ ਨੰਬਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਹੈਗੇ ਨੇ ਉਹ 2 ਲੱਖ ਦੇ ਨੇੜ ਵੋਟਾਂ ਦੀ ਲੀਡ ਰਹੀ ਹੈ, ਉਹਨਾਂ ਦੀ ਇਤਿਹਾਸਕ ਜਿਹੜੀ ਲੀਡ ਹੈ। ਤਾਂ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੂੰ ਕਹਿੰਦੇ ਆ ਲੋਕ ਸਿਆਸੀ ਮਾਹਰ, ਕਹਿੰਦੇ ਵੀ ਇਹਨਾਂ ਨੂੰ ਸਿਆਸਤ ਦੀ ਬਹੁਤੀ ਸਮਝ ਨਹੀਂ ਗੀ, ਸਿੱਧੀਆਂ ਜਿਹੀਆਂ ਗੱਲਾਂ ਕਰਦੇ ਨੇ, ਪਰ ਉਹਨਾਂ ਦੇ ਪਿਤਾ ਦੀ ਕੁਰਬਾਨੀ ਕਰਕੇ ਭਾਈ ਜਿਹੜਾ ਹੈਗਾ ਸ਼ਹੀਦ ਭਾਈ ਬੇਅੰਤ ਸਿੰਘ ਹੋਣਾਂ ਦੀ ਕੁਰਬਾਨੀ ਕਰਕੇ ਸਰਬਜੀਤ ਸਿੰਘ ਮਲੋਆ ਖਾਲਸਾ ਨੂੰ ਫਰੀਦਕੋਟ ਦੇ ਵਿੱਚ ਇੱਕ ਬਹੁਤ ਵੱਡੀ ਲੀਡ ਮਿਲੀ ਹੈ, ਜਿੱਥੇ ਵੱਡੀਆਂ ਪਾਰਟੀਆਂ ਸੀ ਜਿਨ੍ਹਾਂ ਨੇ ਖੁੱਲ੍ਹ ਕੇ ਪ੍ਰਚਾਰ ਕੀਤਾ, ਜਿੱਥੇ ਪੰਜਾਬ ਦੀ ਇੰਡਸਟਰੀ ਜਿਹੜੀ ਪ੍ਰਚਾਰ ਕਰ ਰਹੀ ਸੀ, ਫਿਰ ਵੀ ਉੱਥੇ ਗੱਲ ਨਾ ਬਣੀ। ਤਾਂ ਇਹ ਦੋ ਸ਼ਖਸੀਅਤਾਂ ਜਿਹੜੀਆਂ ਇਸ ਵਾਰ ਜਿੱਤੀਆਂ ਨੇ, ਜਿੱਦਾਂ ਗੁਰਦੀਪ ਸਿੰਘ ਖੈੜਾ ਨੇ ਕਿਹਾ ਵੀ ਉਦੋਂ 11 ਜਿੱਤ ਗਏ ਸੀ, ਤਾਂ 2 ਹੀ ਹੈ, ਹਨੇਰੀਆਂ ਝੁੱਲਦੀਆਂ ਹੁੰਦੀਆਂ। ਤਾਂ ਇਸ ਪਦਵੀ ਨੂੰ, ਇਸ ਜਿੱਤ ਨੂੰ, ਇਸ ਰੁਤਬੇ ਨੂੰ ਬਹਾਲ ਰੱਖਣਾ ਜਿਹੜਾ ਇਸ ਜਿਹੜਾ ਇਹਨਾਂ ਕੈਂਡੀਡੇਟਸ ਦੇ ਲਈ, ਇਹਨਾਂ ਉਮੀਦਵਾਰਾਂ ਦੇ ਲਈ ਕੀ ਕੋਈ ਚੈਲੰਜ ਹੈ, ਜਾਂ ਇਹਨਾਂ ਦਾ ਕੱਦ ਜਿਹੜਾ ਹੈਗਾ ਇਹਨਾਂ ਚੋਣਾਂ ਦੀ ਜਿੱਤ ਹਾਰ ਤੋਂ ਬਹੁਤ ਵੱਡਾ, ਕਿਉਂਕਿ ਸਰਬਜੀਤ ਸਿੰਘ ਖਾਲਸਾ ਦੇ ਪਿਤਾ ਦੀ ਜਿਹੜੀ ਕੁਰਬਾਨੀ ਹੈ ਬਹੁਤ ਕਮਾਲ ਦੀ ਹੈ। ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦਾ ਵਿਦੇਸ਼ 'ਚੋਂ ਆ ਕੇ ਪੰਜਾਬ ਦੇ ਵਿੱਚ ਖਾਲਸਾ ਵਹੀਰ ਚਲਾਉਣੀ, ਨਸ਼ਿਆਂ ਦੇ ਖਿਲਾਫ ਜਿਹੜਾ ਪ੍ਰਚਾਰ ਕਰਨਾ, ਔਰ ਇੱਕ ਪਾਸੇ ਵੱਡੇ ਘਰਾਣੇ ਹੋਣ, ਵੱਡੇ ਚਿਹਰੇ ਹੋਣ ਜਿਨ੍ਹਾਂ ਨੇ 40-40 ਸਾਲ ਸਿਆਸਤ ਕੀਤੀ ਹੈ। ਅੰਮ੍ਰਿਤਪਾਲ ਸਿੰਘ ਨੇ ਮਹਿਜ 2 ਸਾਲ ਪੰਥ ਦਾ ਪ੍ਰਚਾਰ ਕਰਨ ਦੀ ਜਿਹੜੀ ਹੈਗੀ ਗੱਲ ਕੀਤੀ ਹੈ, ਕੁਝ ਮਹੀਨੇ ਉਹਨਾਂ ਨੂੰ ਸਮਾਂ ਮਿਲਿਆ ਜਦੋਂ ਉਹਨਾਂ ਨੇ ਪੰਜਾਬ 'ਚ ਵਿਚਰੇ, ਤਾਂ ਲੋਕਾਂ ਨੇ ਉਹਨਾਂ ਦੇ ਉੱਤੇ ਭਰੋਸਾ ਕਰਕੇ ਐਡੀ ਵੱਡੀ ਲੀਡ ਦਿੱਤੀ ਆ। ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਰਹੇਗਾ ਇਹਨਾਂ 'ਤੇ ਨਿਗਾਹ ਬਣੀ ਰਹੇਗੀ, ਪਰ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਹੈਗਾ ਬਾਬਾ ਬਕਾਲਾ ਸਾਹਿਬ ਤੋਂ ਅਕਾਲੀ ਦਲ ਦੀ ਸਟੇਜ ਤੋਂ ਬਹੁਤ ਕਾਫੀ ਕੁਛ ਜਿਹੜਾ ਹੈਗਾ ਖਿਲਰ ਕੇ ਸਾਹਮਣੇ ਆਇਆ। ਜਿਹੜੇ ਹੋਰ ਆਗੂਆਂ ਦੇ ਨਾਂ ਭਾਈ ਗੁਰਦੀਪ ਸਿੰਘ ਖੈੜਾ ਹੋਣਾ ਲਏ ਆ, ਉਹ ਇਹਨੂੰ ਕਿੱਦਾਂ ਦੇਖਦੇ ਨੇ? ਭਾਈ ਜਸਵੀਰ ਸਿੰਘ ਰੋਡੇ ਨੇ, ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਨੇ, ਅਮਰੀਤ ਸਿੰਘ ਅਜਨਾਲਾ ਦਾ ਬਿਨ ਨਾਮ ਲਈ ਤਾਂ ਉਹਨਾਂ ਨੇ ਗੱਲ ਕੀਤੀ ਹੈਗੀ, ਬਾਬਾ ਠਾਕਰ ਸਿੰਘ ਹੋਣਾਂ ਦਾ ਨਾਮ ਵੀ ਵਿੱਚ ਆਇਆ ਹੈਗਾ, ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਨੇ। ਤਾਂ ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।